Chamadan. ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਖੁਸ਼ਾਮਦੀਦ। ਅੱਜ ਦਿਨ ਹੈ ਜੀ ਬੁੱਧਵਾਰ ਤੇ ਤਰੀਕ ਹੈ 21 ਅਕਤੂਬਰ। ਸ਼ਾਮ ਦੇ 5:32 ਹੋਏ ਨੇ। ਸੋ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਪਿੰਡ ਭੈਣੀ ਵੜਿੰਗਾ ਜ਼ਿਲ੍ਹਾ ਲੁਧਿਆਣਾ ਦੇ ਸਾਡੇ ਸਤਿਕਾਰਤ ਲਿਸਨਰਸ ਵੱਲੋਂ। ਸੁਖਪਾਲ ਸਿੰਘ ਬਰਾੜ ਕੈਲਗਰੀ ਤੋਂ, ਜੋ ਸੁਪਰ ਸਟਾਰ ਪਲੰਬਿੰਗ ਐਂਡ ਹੀਟਿੰਗ ਵਾਲੇ ਨੇ, ਹੀਟਿੰਗ ਅਤੇ ਗੈਸ ਫਿਟਿੰਗ, ਹੋਟ ਵਾਟਰ ਟੈਂਕ, ਫਾਇਰ ਪਲੇਸ, ਫਰਨਸ ਰਿਪੇਅਰ, ਵਾਟਰ ਸੋਫਟਨਰ, ਰੈਜੀਡੈਂਸ਼ੀਅਲ ਤੇ ਕਮਰਸ਼ੀਅਲ ਪਲੰਬਿੰਗ ਇਨ੍ਹਾਂ ਤੋਂ ਕਰਵਾ ਸਕਦੇ ਹੋ। ਫੋਨ ਨੰਬਰ ਹੈ ਜੀ 403-690-1235। ਸੁਪਰ ਸਟਾਰ ਪਲੰਬਿੰਗ ਐਂਡ ਹੀਟਿੰਗ ਕੈਲਗਰੀ। ਬੇਕਰਸਫੀਲਡ ਏਰੀਆ ਦੇ ਵਿੱਚ ਬਿਜਲੀ ਦੇ ਬਿੱਲ ਜ਼ੀਰੋ ਕਰਨ ਦੇ ਲਈ ਤੁਸੀਂ ਸੰਪਰਕ ਕਰੋ ਜਤਿੰਦਰ ਸਿੰਘ ਤੂਰ ਹੋਰਾਂ ਦੇ ਨਾਲ। ਫੋਨ ਨੰਬਰ ਹੈ ਜੀ 6617741722 ਦੇ ਉੱਤੇ ਸੰਪਰਕ ਕਰ ਸਕਦੇ ਹੋ। ਇਹ ਤੁਹਾਡੇ ਸੋਲਰ ਸਿਸਟਮ ਲਾ ਕੇ ਬਿਜਲੀ ਦੇ ਬਿੱਲ $0 ਤੱਕ ਲਿਆ ਸਕਦੇ ਨੇ। ਵਾਸ਼ਿੰਗਟਨ ਫਰੇਟ ਸਰਵਿਸ ਸੈਟਲ, ਜੋ ਤੁਹਾਨੂੰ ਸੈਟਲ ਏਰੀਆ ਦੇ ਵਿੱਚ ਲੋਕਲ ਵਰਕ ਦਿੰਦੀ ਹੈ, ਕੰਫਰਟੇਬਲ ਜ਼ੋਨ ਦਿੰਦੀ ਹੈ, ਪੂਰੀ ਅੱਛੀ ਕਮਾਈ ਦਿੰਦੀ ਹੈ। ਡਿਸਪੈਚ ਤੁਹਾਡੀ ਸਹੂਲਤ ਦੇ ਲਈ ਪੰਜਾਬੀ ਅਤੇ ਇੰਗਲਿਸ਼ ਚ ਹੈ। ਗੁਰਵਿੰਦਰ ਧਾਲੀਵਾਲ ਹੋਰਾਂ ਨਾਲ ਸੰਪਰਕ ਕਰੋ 206-354-4060 ਜਾਂ ਜਗਦੇਵ ਸੰਧੂ ਹੋਰਾਂ ਨਾਲ 253-266-6924। ਇਨ੍ਹਾਂ ਨੂੰ ਡਰਾਈਵਰਸ ਦੇ ਨਾਲ ਨਾਲ ਓਨਰ ਓਪਰੇਟਰ ਵੀ ਚਾਹੀਦੇ ਨੇ। ਤੇ ਢਿੱਲੋਂ ਸਾਹਿਬ, ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਗੱਲ ਕਰੀਏ, ਪੰਜਾਬ ਦੀ ਵਿਧਾਨ ਸਭਾ ਦੇ ਵਿਚ ਕੱਲ ਸੈਸ਼ਨ ਹੋਇਆ, ਪੰਜਾਬ ਨੇ ਕੇਂਦਰੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਜੀ, ਕੀ ਮਾਇਨੇ ਨੇ, ਕੀ ਕੁਛ ਤੈਅ ਕਰਦਾ? ਦੇਖੋ, ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਜਿੱਥੋਂ ਦੀ ਵਿਧਾਨ ਸਭਾ ਨੇ ਇੱਕ ਰੈਗੂਲੇਸ਼ਨ ਪਾਸ ਕਰਕੇ ਜੀ ਕੇਂਦਰ ਦੇ ਤਿੰਨਾਂ ਕਾਨੂੰਨਾਂ ਨੂੰ ਰੱਦ ਜੀ ਉਹਨਾਂ ਦੀ ਥਾਂ ਦੇ ਉੱਤੇ ਬਦਲਵੇਂ ਕਾਨੂੰਨ ਬਣਾਏ ਜੀ। ਔਰ ਜਿਹੜਾ ਪ੍ਰਸਤਾਵਿਤ ਬਿਜਲੀ ਦਾ ਬਿੱਲ ਹੈ ਜਿਹੜਾ ਜੇ ਲੈ ਕੇ ਆਉਣਾ, ਉਹਦਾ ਵਿਰੋਧ ਵੀ ਕਰ ਦਿੱਤਾ ਵਿਧਾਨ ਸਭਾ ਵੱਲੋਂ ਕਿ ਅਸੀਂ ਇਹਦੇ ਹੱਕ ਵਿੱਚ ਨਹੀਂ, ਸਾਨੂੰ ਇਹ ਨਾ ਮਨਜ਼ੂਰ ਹੈ ਜੀ। ਵੱਡੀ ਚੀਜ਼ ਜਿਹੜੀ ਬਹੁਤੀ ਦਿਖਦੀ ਨੀ ਜੀ, ਉਹ ਹੈ ਕਿ ਜਿਹੜੀ 2.5 ਏਕੜ ਤੱਕ ਦੀ ਮਾਲਕੀ ਦੇ ਕਿਸਾਨ ਹੈ, ਕਰਜ਼ੇ ਦੀ ਵਸੂਲੀ ਵਾਸਤੇ ਉਹਨਾਂ ਦੀ ਜ਼ਮੀਨ ਜਾਇਦਾਦ ਕੁਰਕ ਨਿਲਾਮ ਨਹੀਂ ਹੋ ਸਕਦੀ। ਅੱਛਾ ਜੀ, ਇਹ ਬਹੁਤ ਵੱਡੀ ਗੱਲ ਹੈ। ਸਰ ਛੋਟੂ ਰਾਮ ਨੇ ਜੀ 1938-39 ਦੇ ਵਿਚ ਇਹ ਕਾਨੂੰਨ ਪਾਸ ਕੀਤਾ ਸੀ, ਉਦੋਂ ਬਾਅਦ ਕਿਸੇ ਨੇ ਸਾਰ ਨਹੀਂ ਸੀ ਜੀ। ਤੇ ਅੱਜ ਜੇ ਆਪਾਂ ਦੇਖੀਏ ਦੇਸ਼ ਦੇ ਵਿਚ, ਖਾਸ ਕਰਕੇ ਪੰਜਾਬ ਦੇ ਵਿਚ ਦੇਖੀਏ ਤਾਂ ਕਿਸਾਨੀ ਦਾ ਵੱਡਾ ਹਿੱਸਾ ਜੀ, ਅਸੀਂ ਗਿਣਤੀ ਕਹਿ ਸਕਦੇ ਹਾਂ ਵੀ 60-65% ਜੀ, ਉਹਦੇ ਕੋਲ ਮਲਕੀਅਤ 2.5 ਏਕੜ ਤੱਕ ਹੀ ਰਹਿ ਗਈ। ਹਾਂ ਬਿਲਕੁਲ ਜੀ, ਏਦੋਂ ਬਾਅਦ ਕਿਸੇ ਕੋਲ ਜ਼ਮੀਨਾਂ ਹੈ ਨੀ ਨਾ। ਕਰਜ਼ੇ ਦੀ ਵਜ੍ਹਾ ਕਾਰਨ ਏਡੇ ਵੱਡੇ ਵਰਗ ਨੂੰ ਰਾਹਤ ਦੇਣੀ ਇਹ ਛੋਟੀ ਗੱਲ ਨੀ, ਇਹ ਵੱਡੀ ਗੱਲ ਜੀ। ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਅੰਦਰ ਇਹਦੀ ਹਮਾਇਤ ਕੀਤੀ ਜੀ। ਪਹਿਲਾਂ ਭਾਵੇਂ 2 ਦਿਨ ਪਹਿਲਾਂ ਕਾਫੀ ਖਪਖਾਨਾ ਪਾਇਆ, ਸਾਨੂੰ ਜੀ ਸਮੇਂ ਸਿਰ ਜਿਹੜੀਆਂ ਕਾਪੀਆਂ ਨੀ ਮਿਲੀਆਂ ਬਿੱਲ ਦੀਆਂ, ਫੇਰ ਇਹ ਗੱਲ ਕਹੀ ਗਈ ਕਿ ਜੀ ਬਿੱਲ ਤਾਂ ਇਸ ਕਿਸਮ ਦੇ ਬਣਾਏ ਜਾਣਗੇ ਜਿਹੜੇ ਮੋਦੀ ਨੂੰ ਫਿੱਟ ਹੋਣਗੇ ਵਗੈਰਾ ਵਗੈਰਾ ਕੁਛ ਕੀਤਾ ਜੀ। ਲੇਕਿਨ ਕੱਲ ਜਦੋਂ ਰੈਗੂਲੇਸ਼ਨ ਪਾਸ ਹੋ ਗਈ, ਰੈਗੂਲੇਸ਼ਨ ਪਾਸ ਹੋਣ ਤੋਂ ਬਾਅਦ ਵਿਧਾਨ ਸਭਾ ਵੱਲੋਂ ਇਹ ਸਾਰੇ ਗਏ ਕਿੱਥੇ ਹੈ? ਗਵਰਨਰ ਕੋਲ। ਗਵਰਨਰ ਕੋਲ ਜੀ। ਕਿੰਨੇ ਵਿਧਾਇਕ ਗਏ? 114 ਜੀ। ਬਹੁਤੇ ਅਖਬਾਰਾਂ ਦੇ ਵਿਚ ਅੱਜ 115 ਲਿਖਿਆ ਗਿਆ, 114 ਉਹ ਹੈ 114। ਉਹ ਇਸ ਕਰਕੇ ਹੈ ਕਿ ਦੋ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਕੱਲ ਆਏ ਨੇ ਹਾਂਜੀ, ਉਹ ਸ਼ਾਇਦ ਫੇਸ ਨਹੀਂ ਕਰ ਸਕੇ ਜੀ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਜਿਹੜੀ ਚੁਣੀ ਹੋਈ ਪੰਚਾਇਤ ਹੈ, ਜਦੋਂ ਚੁਣੀ ਹੋਈ ਪੰਚਾਇਤ ਇਹਦਾ ਵਿਰੋਧ ਕਰੂਗੀ ਤਾਂ ਅਸੀਂ ਇਸ ਬਿੱਲ ਦੀ ਹਮਾਇਤ ਕਰਕੇ ਉੱਥੇ ਆਪਣਾ ਮੂੰਹ ਕਿਵੇਂ ਦਿਖਾਵਾਂਗੇ ਜੀ ਜੀ। ਇਸ ਲਈ ਮੇਰਾ ਖਿਆਲ ਹੈ ਵੀ ਉਹਨਾਂ ਨੇ ਫੈਸਲਾ ਇਹ ਕਰ ਲਿਆ ਕਿ ਨਾ ਹੀ ਜਾਈਏ, ਆਪਾਂ ਆਪਣੇ ਘਰੇ ਬਹਿ ਜੀ। ਲੇਕਿਨ ਵੱਡੀ ਇਹਦੇ ਜਿਹੜੀ ਹੈਗੀ ਹੈ ਖਬਰ, ਉਹ ਇਹ ਹੈ ਕਿ ਅਕਾਲੀ ਦਲ ਨੇ ਭਾਵੇਂ ਹਮਾਇਤ ਕਰਤੀ, ਅਕਾਲੀ ਦਲ ਦੇ ਜਿਹੜੇ ਵਿਧਾਇਕ ਆ ਉਹਨਾਂ ਨੇ ਸਾਰਿਆਂ ਨੇ ਮੰਨਿਆ ਜਾਂਦਾ ਕਿ ਹਮਾਇਤ ਕਰਤੀ। ਲੇਕਿਨ ਅਕਾਲੀ ਸੁਪਰੀਮੋ ਜਿਹੜੇ ਸਭ ਤੋਂ ਵੱਡੇ ਲੀਡਰ ਆ, 5 ਵਾਰ ਦੇ ਮੁੱਖ ਮੰਤਰੀ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹ ਕੱਲ ਵਾਲੇ ਸੈਸ਼ਨ ਦੇ ਵਿਚ ਨਹੀਂ ਆਏ ਜੀ। ਦੱਸੋ, ਇਹ ਮੇਰੇ ਖਿਆਲ ਮੁਤਾਬਕ ਇਹ ਅਕਾਲੀ ਦਲ ਦੀ, ਪ੍ਰਕਾਸ਼ ਸਿੰਘ ਬਾਦਲ ਦੀ ਤੇ ਜਿਹੜੀ ਆਪਾਂ ਕਹਿ ਸਕਦੇ ਹਾਂ ਬਾਦਲ ਪਰਿਵਾਰ ਦੀ ਸਭ ਤੋਂ ਵੱਡੀ ਅਸਫਲਤਾ ਹੈ, ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬੜੇ ਲੰਬੇ ਸਮੇਂ ਤੋਂ ਪੋਲੀਟਿਕਸ ਤੋਂ, ਉਹਨਾਂ ਨੇ ਇੱਕ ਸਰਪੰਚ ਵਜੋਂ ਆਪਣਾ ਰਾਜਨੀਤਿਕ ਜੀਵਨ ਸ਼ੁਰੂ ਕੀਤਾ, 5 ਵਾਰੀ ਉਹ ਬੰਦੇ ਜਿਹੜੇ ਹੈਗੇ ਆ ਦੇਸ਼ ਦੇ
ਪੰਜਾਬ ਸੂਬੇ ਦਾ ਜਿਹੜਾ ਅਹਿਮ ਸੂਬਾ ਇਹ ਮੁੱਖ ਮੰਤਰੀ ਬਣਦੇ ਆ 1957 ਚ ਪਹਿਲੀ ਵਾਰੀ ਉਹ ਬਣੇ ਆ ਆਪਣੇ ਐਮ ਐਲ ਏ ਜੀ ਉਹਨਾਂ ਨੂੰ ਕਿਸਾਨਾਂ ਦਾ ਮਸੀਹਾ ਵੀ ਕਿਹਾ ਜਾਂਦਾ ਉਹਨਾਂ ਦੇ ਸਮਰਥਕਾਂ ਵੱਲੋਂ ਲੇਕਿਨ ਕਿਸਾਨਾਂ ਦੇ ਮਸੀਹੇ ਵੱਲੋਂ ਜ਼ਿੰਦਗੀ ਦੇ ਅੰਤਿਮ ਪੜਾਅ ਦੇ ਵਿੱਚ ਜਿਹੜਾ ਇਹ ਅਹਿਮ ਸੈਸ਼ਨ ਸੀ ਸੈਸ਼ਨ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੀ ਹੋਈ ਦਾ ਵਿਚਾਰ ਵਟਾਂਦਰਾ ਹੋਣਾ ਸੀ ਉਹ ਬਾਦਲ ਸਾਹਿਬ ਦਾ ਨਾਂ ਹੋਣਾ ਇਹ ਗੱਲ ਚੰਗੀ ਨੀ ਲੱਗਦੀ ਹੈ ਥੋੜੀ ਜਿਹੀ ਗੱਲ ਰੜਕਦੀ ਹੈ ਰੜਕਦੀ ਇਸ ਕਰਕੇ ਵੀ ਹੈ ਵੀ ਇਸ ਅਸੈਂਬਲੀ ਦੇ ਵਿੱਚ ਪਹਿਲੀ ਅਸੈਂਬਲੀ ਹੈ ਜਦੋਂ ਬਾਦਲ ਪਰਿਵਾਰ ਦਾ ਕੋਈ ਵੀ ਵਿਅਕਤੀ ਸ਼ਾਮਲ ਨਹੀਂ ਸੀ ਪਰ ਸੁਖਬੀਰ ਸਿੰਘ ਬਾਦਲ ਜਿਹੜੇ ਉਹ ਫਿਰੋਜ਼ਪੁਰ ਤੋਂ ਪਾਰਲੀਮੈਂਟ ਦੇ ਮੈਂਬਰ ਹੈ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਪਾਰਲੀਮੈਂਟ ਦੇ ਮੈਂਬਰ ਹੈ ਦੋਨੋਂ ਪਾਰਲੀਮੈਂਟ ਚ ਹੈ ਸਿਰਫ ਤੇ ਸਿਰਫ ਬਾਦਲ ਸਾਹਿਬ ਸੀਨੀਅਰ ਬਾਦਲ ਸਾਹਿਬ ਰਹਿੰਦੇ ਸੀ ਜਿਹੜੇ ਵਿਧਾਨ ਸਭਾ ਦੇ ਮੈਂਬਰ ਹੈ ਤੇ ਉਹਨਾਂ ਨੂੰ ਜਾਣਾ ਚਾਹੀਦਾ ਸੀ ਇਹ ਆਪਾਂ ਸਹਿਮਤ ਹੈ ਇਸ ਗੱਲ ਨਾਲ ਕਿ ਬਾਦਲ ਸਾਹਿਬ ਦੀ ਸਿਹਤ ਥੋੜੀ ਢਿੱਲੀ ਰਹਿੰਦੀ ਹੈ ਸਿਆਣੀ ਉਮਰ ਹੈ ਵੱਡੀ ਉਮਰ ਹੈ ਇਹੋ ਜਿਹੇ ਸਮੇਂ ਦੇ ਵਿੱਚ ਜਿਹੜਾ ਹੈਗਾ ਥੋੜਾ ਮੁਸ਼ਕਿਲ ਹੋ ਜਾਂਦਾ ਲੇਕਿਨ ਜਿਹੜੀ ਇੰਪੋਰਟੈਂਸ ਹੈ ਸੈਸ਼ਨ ਦੀ ਚਲੋ ਗੱਡੀ ਚ ਬਹਿ ਕੇ ਨੇੜੇ ਹੀ ਚਲੇ ਜਾਂਦੇ ਹਾਂ ਇੰਪੋਰਟੈਂਸ ਦੇ ਲਿਹਾਜ਼ ਦੇ ਨਾਲ ਜਾਣਾ ਜ਼ਰੂਰੀ ਸੀ ਉਹਨਾਂ ਦਾ ਇੱਜ਼ਤ ਕਰਦੇ ਆ ਸਾਰੇ ਉਹਨਾਂ ਦਾ ਸਤਿਕਾਰ ਕਰਦੇ ਆ ਇਹਦੀ ਜਾਣੇ ਵਾਲੀ ਸਭ ਸੋਚੋ ਤੁਸੀਂ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ 114 ਵਿਧਾਇਕਾਂ ਨੂੰ ਨਾਲ ਲੈ ਕੇ 113 ਨੂੰ 14 ਤਾਂ ਉਹ ਆਪ ਹੈ ਜੀ ਉਹ ਗਵਰਨਰ ਹਾਊਸ ਦੇ ਵਿੱਚ ਜਾਂਦਾ ਤੇ ਜੇ ਕਿਤੇ ਨਾਲ ਪ੍ਰਕਾਸ਼ ਸਿੰਘ ਬਾਦਲ ਹੁੰਦੇ ਦੂਜਿਆਂ ਦੇ ਵਿੱਚ ਮੈਸੇਜ ਕੀ ਜਾਣਾ ਸੀ ਜੀ ਸਾਰੇ ਦੇਸ਼ ਦੇ ਵਿੱਚ ਮੈਸੇਜ ਕੀ ਜਾਣਾ ਸੀ ਖਾਸ ਕਰਕੇ ਉਦੋਂ ਮੈਸੇਜ ਜਦੋਂ ਦੁਨੀਆਂ ਨੇ ਇਹ ਦੇਖਿਆ ਕਿ ਜਦੋਂ ਨਰਿੰਦਰ ਮੋਦੀ ਸਾਹਿਬ ਨੇ ਆਪਣੇ ਨੋਮੀਨੇਸ਼ਨ ਪੇਪਰ ਫਾਈਲ ਕੀਤੇ ਹੈ ਉਸ ਵੇਲੇ ਬਾਦਲ ਸਾਹਿਬ ਨੂੰ ਉਚੇਚੇ ਤੌਰ ਤੇ ਬੁਲਾਇਆ ਗਿਆ ਸੀ ਜੀ ਔਰ ਮੋਦੀ ਸਾਹਿਬ ਨੇ ਉਹਨਾਂ ਦੇ ਗੋਡੀ ਹੱਥ ਲਾਏ ਗਈ ਸੀ ਇਹ ਕਿੱਥੋਂ ਦੀ ਗੱਲ ਹੈ ਵਾਰਾਣਸੀ ਦੀ ਜੀ ਉਹੀ ਚੀਜ਼ ਗੁਜਰਾਤ ਦੇ ਵਿੱਚ ਜਦੋਂ ਅਮਿਤ ਸ਼ਾਹ ਨੇ ਆਪਣੇ ਨੋਮੀਨੇਸ਼ਨ ਪੇਪਰ ਫਾਈਲ ਕੀਤੇ ਉਦੋਂ ਬਾਦਲ ਸਾਹਿਬ ਨੂੰ ਬੁਲਾਇਆ ਗਿਆ ਸੀ ਨੋਮੀਨੇਸ਼ਨ ਪੇਪਰ ਫਾਈਲ ਕਰਨ ਤੋਂ ਪਹਿਲਾਂ ਉਹਨੇ ਵੀ ਪੈਰੀ ਹੱਥ ਲਾਏ ਸੀ ਔਰ ਇੱਥੇ ਬਾਦਲ ਸਾਹਿਬ ਦਾ ਹੋਣਾ ਬਹੁਤ ਜ਼ਰੂਰੀ ਸੀ ਇਹ ਮੈਂ ਸਮਝਦਾ ਵੀ ਅਕਾਲੀ ਦਲ ਦੇ ਜਿਹੜੇ ਥਿੰਕ ਟੈਂਕ ਵਾਲੇ ਆ ਉਹਨਾਂ ਦੀ ਵੀ ਗਲਤੀ ਹੈ ਉਹਨਾਂ ਤੋਂ ਇਹ ਵੱਡੀ ਗਲਤੀ ਨੀ ਗਲਤਾ ਹੋ ਗਿਆ ਜਿਵੇਂ ਬਾਦਲ ਸਾਹਿਬ ਆਪ ਕਹਿੰਦੇ ਹੁੰਦੇ ਕਿ ਗਲਤੀ ਨੀ ਭਾਈ ਇਹ ਤਾਂ ਗਲਤਾ ਹੋ ਗਿਆ ਇਹ ਗਲਤਾ ਹੋ ਗਿਆ ਜਾਣਾ ਚਾਹੀਦਾ ਸੀ ਜਾਂ ਇਹਦਾ ਕਾਰਨ ਹੋਰ ਵੀ ਹੋ ਸਕਦਾ ਕਿ ਅਕਾਲੀ ਦਲ ਦਾ ਥਿੰਕ ਟੈਂਕ ਇਹ ਸੋਚਦਾ ਹੋਵੇ ਕਿ ਅੱਜ ਨੀ ਤਾਂ ਕੱਲ ਕਿਸੇ ਨਾ ਕਿਸੇ ਵੇਲੇ ਫੇਰ ਐਨਡੀਏ ਨਾਲ ਜਾਣਾ ਹੀ ਪੈਣਾ ਇਸ ਲਈ ਰੱਖ ਲਈਏ ਨਾਤਾ ਜੋੜਨ ਵਾਸਤੇ ਕੋਈ ਵਿਅਕਤੀ ਤਾਂ ਚਾਹੀਦਾ ਨਾ ਬਾਦਲ ਸਾਹਿਬ ਨੂੰ ਸਪੇਅਰ ਖਿਡਾਰੀ ਨੂੰ ਰੱਖਿਆ ਹੋਵੇ ਕਿ ਇਸ ਖਿਡਾਰੀ ਨੂੰ ਸਪੇਅਰ ਰੱਖ ਲਓ ਜਦੋਂ ਲੋੜ ਪਈ ਉਦੋਂ ਆਪਾਂ ਇਸਤੇਮਾਲ ਕਰ ਲਵਾਂਗੇ ਲੇਕਿਨ ਵੱਡੀ ਗੱਲ ਜਿਹੜੀ ਦੂਜੀ ਨੂੰ ਆਪਾਂ ਦੇਖੀਏ ਇਹਦੇ ਵਿੱਚ ਇਹ ਆਉਂਦਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਇਕੱਠੇ ਹੋ ਕੇ ਜਾਣਾ ਬਹੁਤ ਵੱਡਾ ਮੈਸੇਜ ਹੈ ਗਵਰਨਰ ਸਾਹਿਬ ਦੇ ਕੋਲ ਵਿਧਾਨ ਸਭਾ ਚ ਸਰਬਸੰਮਤੀ ਨਾਲ ਪਾਸ ਹੋਣਾ ਇਹ ਵੀ ਬਹੁਤ ਵੱਡੀ ਗੱਲ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਜਥੇਬੰਦ ਕੇ ਇਹ ਵੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਆਮ ਤੌਰ ਤੇ ਸਿਆਸਤਦਾਨ ਲੋਕਾਂ ਨੂੰ ਡਿਕਟੇਟ ਕਰਦੇ ਕਿ ਤੁਸੀਂ ਆਹ ਕਰੋਗੇ ਤੁਸੀਂ ਆਹ ਕਰੋਗੇ ਇਹ ਪਹਿਲਾ ਮੌਕਾ ਹੈ ਜਦੋਂ ਲੋਕਾਂ ਨੇ ਡਿਕਟੇਟ ਕੀਤਾ ਸਿਆਸਤਦਾਨਾਂ ਨੂੰ ਕਿ ਤੁਹਾਨੂੰ ਅਸੈਂਬਲੀ ਦਾ ਸੈਸ਼ਨ ਬੁਲਾਉਣਾ ਪੈਣਾ ਬੁਲਾਓ ਜੇ ਨਹੀਂ ਬੁਲਾਓਗੇ ਤਾਂ ਤੁਹਾਡਾ ਘਰਾਓ ਕਰਾਂਗੇ ਇਹ ਕਿਸਾਨਾਂ ਨੇ ਡਿਕਟੇਟ ਕੀਤਾ ਕਿ ਤੁਸੀਂ ਆਹ ਰੈਗੂਲੇਸ਼ਨ ਲੈ ਕੇ ਆਓ ਇਹਨਾਂ ਦੇ ਜਿਹੜੇ ਮਤੇ ਪਾਸ ਕੀਤੇ ਆ ਜਿਹੜੇ ਕਾਨੂੰਨ ਬਣਾਏ ਆ ਕੇਂਦਰ ਨੇ ਉਹਨਾਂ ਨੂੰ ਰੱਦ ਕਰੋ ਜੀ ਔਰ ਉਹਨਾਂ ਨੂੰ ਮੰਨਣਾ ਪਿਆ ਫਿਰ ਉਹਨਾਂ ਨੇ ਕਿਹਾ ਅਜਿਹੇ ਕਾਨੂੰਨ ਬਣਾਓ ਜਿਹੜੇ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਹੋਣ ਉਹ ਕੱਚਾ ਪੱਕਾ ਕਾਨੂੰਨ ਕਿੰਨਾ ਕੱਕ ਚਾਹੇ ਕਿੰਨਾ ਕਿ ਨਹੀਂ ਜੇ ਆਪਾਂ ਇਹਦੀ ਮੈਰਿਟ ਵਿੱਚ ਨਾ ਜਾਈਏ ਤਾਂ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਕਹਿ ਸਕਦੇ ਆ ਆਪਾਂ ਕਿਸਾਨ ਅੰਦੋਲਨ ਦੀ ਜਨਤਕ ਅੰਦੋਲਨ ਦੀ ਬਿਲਕੁਲ ਜੇ ਇਹਨੂੰ ਆਪਾਂ ਅੱਗੋਂ ਅਗਾਂਹ ਦੇਖੀਏ ਤਾਂ ਇਹ ਅਸਲ ਦੇ ਵਿੱਚ ਫੈਡਰਲਿਜ਼ਮ ਦੇ ਹੱਕ ਵਿੱਚ ਜਿਹੜੀ ਲੜਾਈ ਦੀ ਸ਼ੁਰੂਆਤ ਹੋਈ ਆ ਪੰਜਾਬ ਨੇ ਕੀਤੀ ਪੰਜਾਬ ਇੱਕ ਅਜਿਹਾ ਸੂਬਾ ਹੈ ਜਿਸ ਸੂਬੇ ਨੇ ਹਮੇਸ਼ਾ ਜਦੋਂ ਵੀ ਕੋਈ ਮੁਹਿੰਮ ਉੱਠੀ ਹੈ ਦੇਸ਼ ਦੇ ਵਿੱਚ ਉਹਦੀ ਅਗਵਾਈ ਕੀਤੀ ਚਾਹੇ ਉਹ ਜੰਗੇ ਆਜ਼ਾਦੀ ਹੋਵੇ ਕੋਈ ਕਿਸੇ ਕਿਸਮ ਦੀ ਲਹਿਰ ਹੋਵੇ ਚਾਹੇ ਮੁਲਕ ਦੀ ਸੁਰੱਖਿਆ ਦਾ ਮਾਮਲਾ ਹੋਵੇ ਪੰਜਾਬ ਹਮੇਸ਼ਾ ਅੱਗੇ ਹੋ ਕੇ ਮੂਹਰੇ ਹੋ ਕੇ ਲੜਦਾ ਰਿਹਾ ਇਸ ਲਈ ਜੋ ਕੱਲ ਦਾ ਇਤਿਹਾਸਕ ਦਿਨ ਹੈ ਮੇਰਾ ਖਿਆਲ ਹੈ ਵੀ ਪੰਜਾਬ ਦੇ ਇਤਿਹਾਸ ਦੇ ਵਿੱਚ ਇਹ ਜਿਹੜਾ 20 ਅਕਤੂਬਰ ਦਾ ਦਿਨ ਹੈ ਇਹ 20 ਅਕਤੂਬਰ ਦੇ ਦਿਨ ਨੂੰ ਇੱਕ ਮੀਲ ਦੇ ਪੱਥਰ ਵਜੋਂ ਜਾਣਿਆ ਜਾਊਗਾ ਜੀ ਜੀ ਔਰ ਵੱਡੀ ਜੇ ਆਪਾਂ ਦੇਖੀਏ ਜੋ ਕੁਛ ਅੰਦਰ ਹੋਇਆ ਵਿਧਾਨ ਸਭਾ ਦੇ ਵਿਧਾਨ ਸਭਾ ਦੇ ਅੰਦਰ ਬੜਾ ਸਮੂਥਲੀ ਸਾਰਾ ਕੁਛ ਚੱਲਿਆ ਜੀ ਔਰ ਮੁੱਖ ਮੰਤਰੀ ਦਾ ਇਹ ਕਹਿਣਾ ਕਿ ਮੈਂ ਇਸ ਗੱਲ ਤੋਂ ਨਹੀਂ ਡਰਦਾ ਕਿ ਤੁਸੀਂ ਸਾਡੀ ਸਰਕਾਰ ਬਰਖਾਸਤ ਕਰ ਦੋਗੇ ਮੈਂ ਆਪਣੇ ਸੂਬੇ ਦੇ ਕਿਸਾਨਾਂ ਨਾਲ ਖੜਾ ਅਸਤੀਫਾ ਮੇਰੀ ਜੇਬ ਦੇ ਵਿੱਚ ਹੀ ਹੁੰਦਾ ਮੁੱਖ ਮੰਤਰੀ ਵੱਲੋਂ ਇਹ ਕਹਿਣਾ ਕਿ ਦੇਸ਼ ਦੇ ਵਿੱਚ ਹਾਲਾਤ ਉਦੋਂ ਖਰਾਬ ਹੁੰਦੇ ਹੈ ਜਦੋਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨਾਲ ਛੇੜਛਾੜ ਕੀਤੀ ਜਾਵੇ ਜਾਂ ਕਿਸੇ ਦੇ ਪੇਟ ਵਿੱਚ ਲੱਤ ਮਾਰੀ ਜਾਵੇ ਤੇ ਉਹਨਾਂ ਨੇ ਕਿਹਾ ਸੀ ਕਿ ਇਹ ਤੁਸੀਂ ਕਿਸਾਨਾਂ ਦੇ ਪੇਟ ਵਿੱਚ ਲੱਤ ਮਾਰੀ ਹੈ ਇਸ ਕਰਕੇ ਮੈਂ ਆਪਣੇ ਕਿਸਾਨਾਂ ਦੇ ਨਾਲ ਹਾਂ ਮੈਂ ਤੁਹਾਡੋਂ ਡਰਦਾ ਨਹੀਂ ਜਿੰਨੀ ਮਰਜ਼ੀ ਆ ਕੁਰਬਾਨੀ ਦੇਣੀ ਪੈ ਜਾਵੇ ਕੁਰਸੀ ਕੋਈ ਖਾਸ ਗੱਲ ਨਹੀਂ ਛੱਡ ਗਿਆ
और इहदे नाल मैं एक होर गल जोड़नी चाहूंगा जिहदी दा बहुत महत्व है देश की एकता ते अखंडता पर। ओह कैप्टन ने गल कही है कि जदों लोकां दे विच बेचैनी पैदा हो जाए उस बेचैनी का फायदा फिर दुश्मन उठाउंदा है। उन्होंने कहा कि पंजाब ने बहुत माड़े हालात देखे है, जे तुसीं इन्हां कानूनां दे विच कोई सोध वगैरा ना कीती, इन्हां कानूनां नूं वापस ना लिया, इन्हां नूं तुसीं लागू करन ते तुल गए तां पंजाब दे विच गड़बड़ फैल सकती है और इस गड़बड़ का फायदा पाकिस्तान ते चीन उठाउणगे, साडे दुश्मन चुप करके नहीं बैठणगे। इहदे नाल इक बहुत वड्डा सवाल खड़ा करता है देश के प्रधानमंत्री ते देश की पार्लीमेंट दे कि जे कल नूं लॉ एंड आर्डर की सिचुएशन खराब हुंदी है सरहदी सूबे दे विच तां इहदे लई गुनाहगार कोई होर नहीं सगों केंद्र सरकार ते पार्लीमेंट है जिन्हां ने अजिहे कानून बनाए है। तो आपां कह सकते हैं कि कल का दिन जिहड़ा हैगा बहुत ही महत्वपूर्ण। ਆਪਾਂ ਹੁਣ ਅਗਲੀ ਖਬਰ ਲੱਗੀਏ ਤਾਂ ਨਵਜੋਤ ਸਿੰਘ ਸਿੱਧੂ ਦੀ ਸੁਰ ਬਦਲ ਗਈ ਹੈ ਜੀ, ਕੀ ਅਰਥ ਨੇ? ਦੇਖੋ ਨਵਜੋਤ ਸਿੰਘ ਸਿੱਧੂ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਬੜੇ ਨਾਮਵਰ ਲੀਡਰ ਹੈ, ਉਹ ਸੈਲੀਬ੍ਰਿਟੀ ਵੀ ਹੈ, ਕਿਸੇ ਜ਼ਮਾਨੇ ਦੇ ਵਿੱਚ ਉਹ ਕ੍ਰਿਕਟ ਦੇ ਖਿਡਾਰੀ ਹੁੰਦੇ ਸੀ, ਫਿਰ ਉਹ ਕ੍ਰਿਕਟ ਦੇ ਕਮੈਂਟੇਟਰ ਵੀ ਬਣੇ ਔਰ ਪੋਲੀਟਿਕਸ ਦੇ ਵਿੱਚ ਵੀ ਆਏ, ਕਈ ਵਾਰ ਉਹ ਪਾਰਲੀਮੈਂਟ ਦੇ ਮੈਂਬਰ ਬਣੇ ਹੈ ਜੀ, ਔਰ ਉਹਨਾਂ ਨੂੰ ਜਿਹੜੀ ਵੀ ਉਹ ਪਾਰਟੀ ਦੇ ਵਿੱਚ ਰਹੇ ਹੈ ਉਹ ਪਾਰਟੀ ਉਹਨਾਂ ਨੂੰ ਸਟਾਰ ਪ੍ਰਚਾਰਕ ਦੇ ਰੂਪ ਵਿੱਚ ਪੇਸ਼ ਕਰਦੀ ਹੈ ਜੀ। ਲੇਕਿਨ ਇੱਕ ਜਿਹੜੀ ਹੈਗੀ ਆ ਉਹਨਾਂ ਦੀ ਮਜਬੂਰੀ ਹੈ ਕਿ ਜਦੋਂ ਉਹ ਬੋਲਦੇ ਤੇ ਕਈ ਵਾਰੀ ਇੰਨਾ ਜ਼ਿਆਦਾ ਬੋਲ ਜਾਂਦੇ ਹੈ ਜੀ ਕਿ ਉਹ ਭੁੱਲ ਜਾਂਦੇ ਆ ਕਿ ਮੈਨੂੰ ਕਿੱਥੇ ਕੀ ਸਮਾਂ ਤੇ ਸਥਾਨ ਕੀ ਹੈ, ਕੀ ਬੋਲਣਾ ਚਾਹੀਦਾ ਕੀ ਨਹੀਂ ਬੋਲਣਾ ਚਾਹੀਦਾ। ਨਵਜੋਤ ਸਿੰਘ ਸਿੱਧੂ ਪੋਲੀਟਿਕਸ ਦੇ ਵਿੱਚ ਜਦੋਂ ਬੀਜੇਪੀ ਰਾਹੀਂ ਆਏ ਸੀ ਔਰ ਬਾਅਦ ਬੜਾ ਲੰਬਾ ਸਮਾਂ ਬੀਜੇਪੀ ਤੇ ਅਕਾਲੀ ਦਲ ਦੇ ਗੱਠਜੋੜ ਦੇ ਵਿੱਚ ਉਹ ਫਿੱਟ ਰਹੇ ਜੀ, ਲੇਕਿਨ ਇੱਕ ਸਮਾਂ ਉਹ ਆਇਆ ਜਦੋਂ ਨਵਜੋਤ ਸਿੰਘ ਸਿੱਧੂ ਦਾ ਬਿਕਰਮ ਸਿੰਘ ਮਜੀਠੀਆ ਦੇ ਨਾਲ ਕਲੇਸ਼ ਪੈ ਗਿਆ ਕਿ ਮਾਝੇ ਦਾ ਜਰਨੈਲ ਕੌਣ ਜੀ, ਕਿਉਂਕਿ ਬਿਕਰਮ ਸਿੰਘ ਮਜੀਠੀਆ ਬਾਦਲ ਪਰਿਵਾਰ ਦਾ ਨੇੜਲਾ ਰਿਸ਼ਤੇਦਾਰ ਹੈ, ਉਹਨਾਂ ਨੇ ਤਾਂ ਜਰਨੈਲ ਉਹਨੂੰ ਹੀ ਬੁਲਾਉਣਾ ਸੀ ਤੇ ਜਿਹੜੇ ਨਵਜੋਤ ਸਿੰਘ ਸਿੱਧੂ ਹੈ ਇਹਨਾਂ ਦਾ ਵੀ ਕੱਦ ਕਾਠ ਕੋਈ ਛੋਟਾ ਨਹੀਂ ਸੀਗਾ ਜੀ, ਆਪਾਂ ਦੇਖੀਏ ਤੇ ਅੰਤਰਰਾਸ਼ਟਰੀ ਪ੍ਰਸਿੱਧੀ ਦੀ ਸ਼ਖਸੀਅਤ ਹੈ ਔਰ ਇਹ ਵੀ ਆਪਾਂ ਦੇਖਿਆ ਕਿ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਤੇ ਉਸ ਲਾਂਘੇ ਨੂੰ ਖੁਲਵਾਉਣ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਦਾ ਵਿੰਗੇ ਜਾਂ ਟਿੰਡੇ ਤਰੀਕੇ ਦੇ ਨਾਲ ਇੱਕ ਰੋਲ ਹੈ। ਜੇ ਨਵਜੋਤ ਸਿੰਘ ਸਿੱਧੂ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਦੇ ਉੱਤੇ ਗਿਆ ਤਾਂ ਉੱਥੇ ਹੀ ਪਾਕਿਸਤਾਨ ਦੇ ਆਰਮੀ ਚੀਫ ਨੇ ਦੱਸਿਆ ਕਿ ਅਸੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਰਹੇ ਹਾਂ। ਉਹ ਤੋਂ ਬਾਅਦ ਲਾਂਘਾ ਖੁਲਵਾਉਣ ਵਾਸਤੇ ਵੀ ਉਹਨੇ ਅਰਜੋਈਆਂ ਵੀ ਕੀਤੀਆਂ, ਆਪਣੀ ਮਿੱਤਰਚਾਰੀ ਦਾ ਵੀ ਉਹਨੇ ਜਿਹੜਾ ਵਾਸਤਾ ਦਿੱਤਾ ਔਰ ਉਹਨੂੰ ਸਫਲਤਾ ਮਿਲੀ। ਇਸ ਕਰਕੇ ਜੇ ਆਪਾਂ ਦੇਖੀਏ ਪੰਜਾਬ ਦੇ ਬਾਕੀ ਲੀਡਰਾਂ ਦੇ ਮੁਕਾਬਲੇ ਤਾਂ ਉਸ ਬੰਦੇ ਦੀ ਸੰਸਾਰ ਪੱਧਰ ਦੇ ਵਿੱਚ ਪ੍ਰਸਿੱਧੀ, ਲੇਕਿਨ ਫਿਰ ਉਹ ਜਦੋਂ ਕਾਂਗਰਸ ਪਾਰਟੀ ਦੇ ਵਿੱਚ ਆਏ ਆਪ ਦੇ ਵਿੱਚ ਜਾਣ ਦਾ ਯਤਨ ਕੀਤਾ ਲੇਕਿਨ ਆਪ ਦੇ ਵਿੱਚ ਜਿਹੜੀ ਉਹਨਾਂ ਦੀ ਅੰਦਰੂਨੀ ਆਪਣੀ ਕੋਈ ਖਹਿਬਾਜੀ ਸੀ, ਮੁੱਖ ਮੰਤਰੀ ਦਾ ਪਦ ਅਸੀਂ ਦੇਣਾ ਨੀ ਤੇ ਮੁੱਖ ਮੰਤਰੀ ਤੋਂ ਘੱਟ ਉਹ ਜਾਣ ਨੂੰ ਤਿਆਰ ਨਹੀਂ ਸੀ ਤੇ ਉਹ ਕਾਂਗਰਸ ਪਾਰਟੀ ਦੇ ਵਿੱਚ ਆ ਗਏ। ਕਾਂਗਰਸ ਪਾਰਟੀ ਦੇ ਵਿੱਚ ਰਹੇ ਲੇਕਿਨ ਇੱਥੇ ਵੀ ਆ ਕੇ ਈਗੋ ਕਲੇਸ਼ ਹੋ ਗਿਆ ਤੇ ਉਹਨਾਂ ਨੂੰ ਇਹ ਛੱਡਣਾ ਪਿਆ, ਉਦੋਂ ਛੱਡਣਾ ਪਿਆ ਜਦੋਂ ਉਹਨਾਂ ਦਾ ਮਹਿਕਮਾ ਚੇਂਜ ਕਰ ਦਿੱਤਾ ਸੀ, ਨਵਾਂ ਮਹਿਕਮਾ ਉਹਨਾਂ ਨੇ ਜੁਆਇਨ ਨਹੀਂ ਕੀਤਾ, ਉਹ ਆਪਣੇ ਘਰ ਬਹਿ ਗਏ ਸੀ ਤੇ ਲੰਬੇ ਸਮੇਂ ਤੋਂ ਬੈਠੇ ਜੀ। ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਹਨਾਂ ਦਾ ਸ਼ਕਤੀ ਦਾ ਅੰਕੜਾ ਚੱਲਦਾ ਸੀ, ਪਿਛਲੇ ਦਿਨਾਂ ਦੇ ਵਿੱਚ ਜਦੋਂ ਰਾਹੁਲ ਗਾਂਧੀ ਪੰਜਾਬ ਦੇ ਵਿੱਚ ਆਇਆ ਤੇ ਉਹਨਾਂ ਨੂੰ ਵੀ ਬੁਲਾਇਆ ਵੀ ਤੁਸੀਂ ਵੀ ਆ ਜਾਓ। ਮੋਗਾ ਜ਼ਿਲ੍ਹੇ ਦੇ ਬੱਦਲੀ ਕਸਬੇ ਦੇ ਵਿੱਚ ਜਿਹੜਾ ਉਹਨਾਂ ਦਾ ਭਾਸ਼ਣ ਸੀ ਉਹ ਭਾਸ਼ਣ ਕਈ ਟਕੋਰਾਂ ਕਰਨ ਵਾਲਾ ਸੀ ਔਰ ਉਸ ਭਾਸ਼ਣ ਨੂੰ ਚੰਗਾ ਨਹੀਂ ਸਮਝਿਆ ਆਮ ਲੋਕਾਂ ਨੇ ਵੀ ਤੇ ਕਾਂਗਰਸ ਪਾਰਟੀ ਨੇ। ਬਾਅਦ ਦੇ ਵਿੱਚ ਨਵਜੋਤ ਸਿੱਧੂ ਕਾਫੀ ਦਿਨ ਜਿਹੜਾ ਹੈਗਾ ਜਿਹੜਾ ਘਰੇ ਬੈਠਾ ਰਿਹਾ ਚੁੱਪ ਕਰਕੇ ਬੋਲਿਆ ਜੀ ਜੀ, ਇਹ ਸੈਸ਼ਨ ਸ਼ੁਰੂ ਹੋਇਆ, ਸੈਸ਼ਨ ਦੇ ਵਿੱਚ ਉਹ ਆਏ ਔਰ ਬਾਅਦ ਦੇ ਵਿੱਚ ਜਦੋਂ ਸੈਸ਼ਨ ਦੇ ਵਿੱਚ ਪਹਿਲੇ ਦਿਨ ਆਏ ਤੇ ਅਗਲੇ ਦਿਨ ਜੋ ਡਿਸਕਸ਼ਨ ਹੋਈ ਹੈ ਡਿਸਕਸ਼ਨ ਦੇ ਵਿੱਚ ਭਾਗ ਵੀ ਲਿਆ, ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ ਵੀ ਕੀਤੀ, ਚਰਚਾ ਵੀ ਕੀਤੀ ਔਰ ਚੰਗੇ ਰਗੜੇ ਵੀ ਕੱਢੇ ਭਾਰਤੀ ਜਨਤਾ ਪਾਰਟੀ ਦੇ, ਇੱਥੋਂ ਤੱਕ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਇਹ ਕਾਨੂੰਨ ਹੈ ਇਹ ਮੂੰਹ ਦੇ ਉੱਤੇ ਚਪੇੜ ਮਾਰਨ ਵਾਲਾ ਹੈ ਕੇਂਦਰ ਸਰਕਾਰ ਦਾ, ਜਿਹੜਾ ਕਿਸਾਨ ਬਿੱਲਾਂ ਨੂੰ ਲੈ ਕੇ ਜਿਹੜਾ ਇੱਕ ਸਮਝੋ ਗੈਰ ਲੋਕਤੰਤਰੀ ਤਰੀਕਾਕਾਰ ਉਹਨਾਂ ਨੇ ਅਪਣਾਇਆ ਇਹਦੇ ਬਾਰੇ ਜੀ ਜੀ। ਹੁਣ ਸਵਾਲ ਇਹ ਪੈਦਾ ਹੁੰਦਾ ਜੀ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਸੁਰ ਬਦਲ ਗਈ ਇਸ ਸੁਰ ਬਦਲਣ ਦੇ ਅਰਥ ਕੀ ਹੈ? ਪਹਿਲਾ ਅਰਥ ਤਾਂ ਇਹ ਹੈ ਕਿ ਜਿਹੜੇ ਲੋਕ ਕਈ ਵਾਰੀ ਤਾਂ ਇਹ ਕਹਿੰਦੇ ਸੀ ਜੀ ਇਹ ਭਾਰਤੀ ਜਨਤਾ ਪਾਰਟੀ ਜਾਣਗੇ, ਕੁਛ ਕਹਿੰਦੇ ਸੀ ਜੀ ਇਹ ਆਪ ਜਾਣਗੇ, ਵੱਖੋ ਵੱਖਰੇ ਜਿਹੜੇ ਹੈਗੇ ਹੈ ਨਿੱਕੇ ਨਿੱਕੇ ਸਪਲੈਂਡਰ ਗਰੁੱਪ ਉਹ ਕਹਿੰਦੇ ਸੀ ਜੀ ਸਾਰੇ ਰਲ ਮਿਲ ਕੇ ਆਪਾਂ ਇੱਕ ਪਾਰਟੀ ਬਣਾ ਲਈਏ। ਇਹਨਾਂ ਗੱਲਾਂ ਦੇ ਉੱਤੇ ਸਾਰੀਆਂ ਦੇ ਉੱਤੇ ਮਤਲਬ ਜਿਹੜਾ ਹੈਗਾ ਇੱਕ ਕਿਸਮ ਦਾ ਫੁੱਲ ਸਟਾਪ ਲੱਗ ਗਿਆ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਵਿੱਚ ਹੀ ਰਹੇ।
ਅਗਲੀ ਗੱਲ ਇਹ ਹੈ ਮੇਰੇ ਖਿਆਲ ਮੁਤਾਬਕ, ਕਿਉਂਕਿ ਪੰਜਾਬ ਦੀ ਜਿਹੜੀ ਸਥਿਤੀ ਹੈ, ਪੰਜਾਬ ਚ ਜਿਵੇਂ ਕੈਪਟਨ ਅਮਰਿੰਦਰ ਸਿੰਘ ਇਹ ਕਾਨੂੰਨ ਲੈ ਕੇ ਆਏ ਹੈ, ਔਰ ਇਹ ਹਾਈਕਮਾਂਡ ਨੂੰ ਵੀ ਪਤਾ ਸੀ ਕਿ ਕਾਨੂੰਨ ਲੈ ਕੇ ਆ ਸਕਦਾ ਕੈਪਟਨ ਅਮਰਿੰਦਰ ਸਿੰਘ, ਕਿਉਂਕਿ ਬਾਕੀ ਵੀ ਥਾਵਾਂ ਦੇ ਉੱਤੇ ਭਾਵੇਂ ਕਾਂਗਰਸ ਦੀਆਂ ਸਰਕਾਰਾਂ ਕਈ ਸੂਬੇ ਚਾਹੀਦੀਆਂ, ਕਿਸੇ ਵੀ ਮੁੱਖ ਮੰਤਰੀ ਨੇ ਇੰਨੀ ਹਿੰਮਤ ਨਹੀਂ ਕੀਤੀ, ਕਿਸੇ ਵੀ ਮੁੱਖ ਮੰਤਰੀ ਨੇ ਆਪਦੀ ਸਰਕਾਰੀ ਮਸ਼ੀਨਰੀ ਨੂੰ ਇਸਤੇਮਾਲ ਕਰਕੇ ਇੰਨਾ ਠੋਸ ਪ੍ਰਬੰਧ ਨਹੀਂ ਕੀਤਾ ਸੀ ਕੋਈ ਚੰਗਾ ਕਾਨੂੰਨ ਬਣਵਾਇਆ। ਇਹ ਉਹਨਾਂ ਨੂੰ ਪਤਾ ਕਿ ਕਾਂਗਰਸ ਪਾਰਟੀ ਜਦੋਂ ਢਹਿੰਦੀਆਂ ਕਲਾਂ ਚ ਹੁੰਦੀ ਹੈ ਤੇ ਕਾਂਗਰਸ ਪਾਰਟੀ ਦੀ ਮੁੜ ਸੁਰਜੀਤੀ ਵੀ ਪੰਜਾਬ ਤੋਂ ਹੀ ਹੁੰਦੀ ਹੈ, ਪਹਿਲਾਂ ਵੀ ਹੁੰਦੀ ਹੈ, ਬਿਲਕੁਲ ਬਿਲਕੁਲ ਹੁਣ ਵੀ ਉਹਨਾਂ ਦੇ ਹੋਣ ਦੇ ਚਾਂਸ ਹੈ। ਇਸ ਲਈ ਉਹ ਚਾਹੁੰਦੇ ਕਿ ਕਿਸੇ ਤਰੀਕੇ ਜਿਹੜੀ ਪੰਜਾਬ ਦੀ ਕਾਂਗਰਸ ਨੂੰ ਮੁਕਤ ਕੀਤਾ ਜਾਵੇ। ਸੰਭਾਵਨਾ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਸਮਝਾਇਆ ਹੋਵੇ ਕਿ ਕੋਈ ਗੱਲ ਨੀ ਭਵਿੱਖ ਥੋੜਾ ਹੈ, ਪਹਿਲਾਂ ਵੀ ਹਰੀਸ਼ ਰਾਵਤ ਨੇ ਕਿਹਾ ਸੀ ਕਿ ਭਵਿੱਖ ਜਿਹੜਾ ਹੈਗਾ ਨਵਜੋਤ ਸਿੰਘ ਸਿੱਧੂ ਦਾ, ਅੱਜ ਵੀ ਉਹ ਕਹਿੰਦੇ ਆ ਕਿ ਜਿਹੜਾ ਹੈਗਾ ਭਵਿੱਖ ਨਵਜੋਤ ਸਿੰਘ ਸਿੱਧੂ ਦਾ, ਪਰ ਨਾਲ ਉਹ ਗੱਲ ਕਹਿੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਤੇ ਜਿਹੜੀ ਸੁਨੀਲ ਜਾਖੜ ਦੀ ਜੋੜੀ ਹੈ ਇਹ ਵੀ ਜਿਹੜੀ ਹੈ ਅਜੀਬ ਜੋੜੀ ਹੈ, ਇਹ ਵੀ ਕਾਬਲੇ ਤਾਰੀਫ ਜੋੜੀ ਹੈ ਜਿਹੜੀ ਬਹੁਤ ਵਧੀਆ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਨੂੰ ਲੈ ਕੇ ਜਾਂਦੇ ਜੀ। ਸੋ ਕਾਂਗਰਸ ਪਾਰਟੀ ਨੇ ਆਪਾਂ ਕਹਿ ਸਕਦੇ ਹਾਂ ਹਾਈਕਮਾਂਡ ਨੇ ਗੰਭੀਰਤਾ ਦੇ ਨਾਲ ਆਪਣੇ ਘਰ ਨੂੰ ਸੰਭਾਲਣ ਦਾ ਯਤਨ ਕੀਤਾ। ਹੁਣ ਜਿੰਨੇ ਮੂੰਹ ਗੱਲਾਂ ਆਉਂਦੀਆਂ ਆ ਰਹੀਆਂ ਕਿਹਾ ਤਾਂ ਇਹ ਵੀ ਜਾਂਦਾ ਕਿ ਜਦੋਂ ਨਵਜੋਤ ਸਿੰਘ ਸਿੱਧੂ ਵਿਧਾਨ ਸਭਾ ਚ ਆਇਆ ਜੀ ਜੀ, ਉਹ ਤੋਂ ਪਹਿਲਾਂ ਸ਼ਾਇਦ ਨਵਜੋਤ ਸਿੰਘ ਸਿੱਧੂ ਨੇ ਬ੍ਰੇਕਫਾਸਟ ਵੀ ਕੀਤਾ ਕੈਪਟਨ ਅਮਰਿੰਦਰ ਸਿੰਘ ਦੇ ਸੀਸਾਂ ਵਾਲੇ ਪੈਲਸ ਦੇ ਵਿੱਚ ਜਾ ਕੇ ਜੀ। ਇਹ ਵੀ ਕਿਹਾ ਗਿਆ ਕਿ ਇਸ ਕੰਮ ਦੇ ਵਿੱਚ ਜਿਹੜੀ ਮੁੱਖ ਭੂਮਿਕਾ ਨਿਭਾਈ ਆ ਉਹ ਸਰਦਾਰ ਪ੍ਰਗਟ ਸਿੰਘ ਨੇ ਨਿਭਾਈ ਹੈ ਜੀ। ਪ੍ਰਗਟ ਸਿੰਘ ਹੋਰੀ ਆਪਾਂ ਨੂੰ ਪਤਾ ਕਿ ਨਵਜੋਤ ਸਿੰਘ ਸਿੱਧੂ ਦੇ ਦੋਸਤ ਹੈ। ਇਹ ਵੀ ਨਾਲ ਕਿਹਾ ਜਾਂਦਾ ਕਿ ਰਾਜਾ ਵੜਿੰਗ ਦੀ ਵੀ ਇੱਕ ਭੂਮਿਕਾ ਹੈਗੀ। ਅੱਛਾ ਹਾਂ, ਉਹਦੀ ਕਿਉਂਕਿ ਰਾਜਾ ਵੜਿੰਗ ਦੀ ਵਾਈਫ ਦੀਆਂ ਕਿਉਂਕਿ ਤਸਵੀਰਾਂ ਆਈਆਂ ਨੇ ਉਹਨਾਂ ਨੇ ਆਪਦੇ ਫੇਸਬੁੱਕ ਤੇ ਪਾਈਆਂ ਤੇ ਉਹਨਾਂ ਨੇ ਉਹਨਾਂ ਬਾਰੇ ਬੜੀ ਤਾਰੀਫ ਵੀ ਕੀਤੀ ਹੈ, ਕੱਲ ਵੀ ਮੈਂ ਗੱਲ ਕੀਤੀ ਸੀ ਜੀ। ਹਾਂ, ਉਹ ਇਹ ਸਾਰੀਆਂ ਗੱਲਾਂ ਤੋਂ ਇਹ ਲੱਗਦਾ ਕਿ ਹੋ ਸਕਦਾ ਉਹਨਾਂ ਦੀ ਗੱਲ ਹੋ ਗਈ ਹੋਵੇ। ਤੁਸੀਂ ਦੇਖਿਆ ਕਿ ਜਦੋਂ ਵਿਧਾਨ ਸਭਾ ਦੇ ਵਿੱਚ ਪਹੁੰਚਦੇ ਨਵਜੋਤ ਸਿੰਘ ਸਿੱਧੂ, ਕੈਪਟਨ ਅਮਰਿੰਦਰ ਸਿੰਘ ਬੋਲਦਾ ਪਹਿਲਾਂ ਜੀ, ਚੀਫ ਮਿਨਿਸਟਰ ਨੇ ਆਪਣਾ ਜਿਹੜਾ ਸੀਗਾ ਬਿੱਲ ਰੱਖਤੇ, ਜੋ ਰੈਜੂਲੇਸ਼ਨ ਰੱਖਣਾ ਸੀ ਉਹ ਰੱਖਤਾ, ਤਾਂ ਬੋਲਣ ਵਾਸਤੇ ਕਾਂਗਰਸ ਪਾਰਟੀ ਨੇ ਸਮਾਂ ਅਲਾਟ ਕਰਨਾ ਹੁੰਦਾ ਕਿ ਕੌਣ ਬੋਲੂਗਾ। ਇਹਦਾ ਮਤਲਬ ਕਿ ਗੱਲ ਪਹਿਲਾਂ ਤੋਂ ਗਿਣੀ ਲਿਖੀ ਸੀ ਜੀ, ਸਭ ਤੋਂ ਪਹਿਲਾਂ ਨਾਂ ਹੀ ਨਵਜੋਤ ਸਿੰਘ ਸਿੱਧੂ ਦਾ ਲਿਆ ਜੀ, ਔਰ ਨਵਜੋਤ ਸਿੰਘ ਸਿੱਧੂ ਪਿਛਲੀ ਸੀਟ ਤੇ ਬੈਠਾ ਹੈ, ਉਹ ਪਿਛਲੀ ਸੀਟ ਤੋਂ ਉੱਠ ਕੇ ਖੜਾ ਹੁੰਦਾ ਹੈ। ਕੈਪਟਨ ਅਮਰਿੰਦਰ ਸਿੰਘ ਬੜੀ ਟਿਕਟਕੀ ਲਾ ਕੇ ਉਹਦੇ ਵੱਲ ਦੇਖਦਾ ਜੀ, ਉਹਦਾ ਭਾਸ਼ਣ ਸ਼ੁਰੂ ਹੋਇਆ ਤੇ ਨਾਲ ਦੀ ਨਾਲ ਹੀ ਜਿਹੜਾ ਸੋਸ਼ਲ ਨੈਟਵਰਕ ਸੀਗਾ ਸਿਸਟਮ ਉਹਨੂੰ ਇਕਦਮ ਬੰਦ ਕਰ ਦਿੱਤਾ ਸੀ। ਸ਼ਾਇਦ ਇਹ ਖਤਰਾ ਖਦਸ਼ਾ ਹੋਵੇ ਕਿ ਨਵਜੋਤ ਸਿੰਘ ਸਿੱਧੂ ਬਦਨੀ ਕਲਾਂ ਨੂੰ ਕੁਛ ਕਿਤੇ ਹੋਰ ਹੀ ਨਾ ਬੋਲਦੇ, ਪਾਰਟੀ ਦੀ ਬਦਨਾਮੀ ਨਾ ਹੋਵੇ। ਲੇਕਿਨ ਜਿਵੇਂ ਜਿਵੇਂ ਸਿੱਧੂ ਬੋਲਦਾ ਗਿਆ ਉਹਨੂੰ ਦੇਖ ਕੇ ਕੈਪਟਨ ਅਮਰਿੰਦਰ ਸਿੰਘ ਖੁਸ਼ ਵੀ ਹੋ ਰਿਹਾ ਸੀ, ਉਹਦੀ ਬੋਡੀ ਲੈਂਗੁਏਜ ਦੇਖਣ ਵਾਲੀ ਹੈ, ਔਰ ਉਹ ਸਿਰ ਵੀ ਮਾਰਦਾ ਸੀ। ਅੱਜ ਵੀ ਪੱਤਰਕਾਰਾਂ ਨੇ ਜਦੋਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕੀ, ਉਹ ਕਹਿੰਦਾ ਹਾਂ ਠੀਕ ਹੈ ਕੋਈ ਗੱਲ ਹੀ ਨੀ, ਸਾਡੇ ਕੋਈ ਮਤਭੇਦ ਹੀ ਨੀ, ਨਿੱਕੀ ਮੋਟੀ ਗੱਲ ਹੁੰਦੀ ਹੈ। ਪੁੱਛਿਆ ਗਿਆ ਕਿ ਕੀ ਉਹਨਾਂ ਦੇ ਲਈ ਕੋਈ ਅਹੁਦਾ ਹੋਊਗਾ, ਉਹਨੇ ਕਿਹਾ ਵੀ ਇਹ ਗੱਲ ਕਾਂਗਰਸ ਜਿਹੜੀ ਹੈ ਪ੍ਰੈਜੀਡੈਂਟ ਨੇ ਦੇਖਣੀ ਹੈ, ਉਹਨਾਂ ਨੂੰ ਕੀ ਅਹੁਦਾ ਦੇਣਾ ਤੇ ਕੀ ਨਹੀਂ ਅਹੁਦਾ ਦੇਣਾ। ਫਿਰ ਇਹ ਵੀ ਗੱਲ ਕਹੀ ਗਈ ਕਿਉਂਕਿ ਉਹ ਤੋਂ ਬਾਅਦ ਕੀ ਹੁੰਦਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਜਨਮ ਦਿਨ ਮਨਾਇਆ ਜਾਂਦਾ, ਉਸ ਜਨਮ ਦਿਨ ਦੇ ਵਿੱਚ ਜਿਹੜਾ ਹੈਗਾ ਆਉਂਦਾ ਹੈ ਹਰੀਸ਼ ਰਾਵਤ, ਹਰੀਸ਼ ਰਾਵਤ ਉੱਥੇ ਕੇਕ ਵੀ ਦਾ ਪ੍ਰਬੰਧ ਕਰਦਾ ਹੈ, ਕੇਕ ਵੀ ਕੱਟਿਆ ਜਾਂਦਾ ਹੈ। ਪ੍ਰਿੰਕਾ ਗਾਂਧੀ ਵਾਡਰਾ ਇੱਕ ਟਵੀਟ ਵੀ ਕਰਦੀ ਹੈ ਜਿਹਦੇ ਵਿੱਚ ਇਹ ਕਹਿੰਦੀ ਹੈ ਫੀਅਰਲੈਸ ਲੀਡਰ ਔਰ ਟਰਸਟਡ ਫਰੈਂਡ, ਇਹ ਗੱਲ ਵੀ ਕਹੀ ਜਾਂਦੀ ਹੈ। ਇਹਦਾ ਮਤਲਬ ਹੈ ਕਿ ਕਾਂਗਰਸ ਪਾਰਟੀ ਦੀ ਮੈਨੇਜਮੈਂਟ ਪੂਰੀ ਹੋਈ ਵੀ ਸੀ, ਔਰ ਅਮਰਿੰਦਰ ਸਿੰਘ ਹੋਰਾਂ ਨੇ ਵੀ ਇਹ ਕਿਹਾ ਕਿ ਮੈਨੂੰ ਨਹੀਂ ਸੀ ਪਤਾ ਕਿ ਨਵਜੋਤ ਸਿੰਘ ਸਿੱਧੂ ਦਾ ਜਨਮ ਦਿਨ ਸੀ ਕੱਲ, ਤੇ ਜੇ ਮੈਨੂੰ ਪਤਾ ਹੁੰਦਾ ਮੈਂ ਇਹਨੂੰ ਕੰਗਰੈਚੁਲੇਟ ਕਰਦਾ। ਪੱਤਰਕਾਰਾਂ ਨੇ ਪੁੱਛਿਆ ਕਿ ਕੱਲ ਕੰਗਰੈਚੁਲੇਟ ਕਰਦੇ ਤੁਸੀਂ ਅੱਜ, ਉਹਨੇ ਫਿਰ ਕੰਗਰੈਚੁਲੇਟ ਵੀ ਕੀਤਾ। ਮੇਰੇ ਖਿਆਲ ਮੁਤਾਬਕ ਕਾਂਗਰਸ ਪਾਰਟੀ ਨੇ ਇਹ ਬਣਾਇਆ ਕਿ ਜਿਹੜੀ ਅਗਲੀ ਇਲੈਕਸ਼ਨ ਲੜਨੀ, ਇਹ ਅਗਲੀ ਇਲੈਕਸ਼ਨ ਜਿਹੜੀ ਹੈਗੀ ਹੈ ਕਾਂਗਰਸ ਪਾਰਟੀ ਸਮੁੱਚੇ ਤੌਰ ਤੇ ਇਕਮੁੱਠ ਹੋ ਕੇ ਲੜੇ, ਅਗਵਾਈ ਇਹਦੀ ਜਿਹੜੀ ਹੈਗੀ ਹੈ ਭਾਵੇਂ ਕੈਪਟਨ ਅਮਰਿੰਦਰ ਸਿੰਘ ਕਰਨ ਪਰ ਨਾਲ ਨਵਜੋਤ ਸਿੰਘ ਸਿੱਧੂ ਦਾ ਹੋਣਾ ਵੀ ਬਹੁਤ ਜ਼ਰੂਰੀ। ਜੀ ਜੀ, ਢੰਗ ਦੇ ਨਾਲ ਜੇ ਕਾਂਗਰਸ ਪਾਰਟੀ ਆਪਣਾ ਘਰ ਸੰਭਾਲ ਲੈਂਦੀ ਹੈ ਤਾਂ ਮੇਰੇ ਖਿਆਲ ਮੁਤਾਬਕ ਇਹ ਉਹਨਾਂ ਲਈ ਸੋਨੇ ਵਾਸਤੇ ਸੁਹਾਗਾ ਹੋ, ਕਿਉਂਕਿ ਇੱਕ ਗੱਲ ਸਪਸ਼ਟ ਹੈ ਕਿ ਜਿਵੇਂ ਆ ਜਿਹੜੇ ਕਿਸਾਨੀ ਨਾਲ ਸੰਬੰਧਿਤ ਬਿੱਲਾਂ ਨੂੰ ਡੀਲ ਕੀਤਾ ਕਾਂਗਰਸ ਨੇ ਕੱਲ ਵਿਧਾਨ ਸਭਾ ਦੇ ਵਿੱਚ ਲਿਆ ਕੇ, ਕੱਲ ਭਾਵੇਂ ਸਾਰੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਦੇ ਨਾਲ ਗਈਆਂ, ਤੁਸੀਂ ਦੇਖਿਆ ਉਹਨਾਂ ਰਾਜ ਭਵਨ ਦੇ ਵਿੱਚ ਗਏ, ਉੱਥੇ ਗਵਰਨਰ ਨੂੰ ਵੀ ਸਾਰਿਆਂ ਨੇ ਦਿੱਤਾ, ਜਿਹੜੇ ਇਹਨਾਂ ਲੋਕਾਂ ਨੇ ਮੈਮੋਰੈਂਡਮ ਦਿੱਤਾ ਉਹਨਾਂ ਚ ਸਿਮਰਜੀਤ ਸਿੰਘ ਬੈਂਸ ਵੀ ਹੈ, ਉਹਨਾਂ ਚ ਹਰਪਾਲ ਸਿੰਘ ਚੀਮਾ ਵੀ ਹੈ, ਉਹਨਾਂ ਚ ਸ਼ਰਨਜੀਤ ਸਿੰਘ ਢਿੱਲੋਂ ਵੀ ਹੈਗਾ। ਲੇਕਿਨ ਬਾਅਦ ਦੇ ਵਿੱਚ ਤੁਸੀਂ ਨਵੀਂ ਚੀਜ਼ ਦੇਖ ਲਓ ਕਿ ਭਗਵੰਤ ਸਿੰਘ ਮਾਨ ਨੇ ਕਹਿਤਾ ਜੀ ਲੋਕ ਠੱਗੇ ਗਏ, ਇਹ ਤਾਂ ਇਹਨਾਂ ਦਾ ਕਾਨੂੰਨੀ ਕਿਸੇ ਕੰਮ ਦਾ ਹੈ ਨੀ, ਉਹ ਵੀਡੀਓ ਪਾਈ ਜਾਂਦਾ ਹੈ। ਬਿਕਰਮ ਸਿੰਘ ਮਜੀਠੀਆ ਉਹਨੇ ਵੀ ਕਹਿਤਾ ਜੀ ਇਹ ਗੱਲ ਗੜਬੜ ਹੋ ਗਈ, ਇਹਦਾ ਕਾਰਨ ਕੀ ਹੈ?
ਮੇਰੀ ਸਮਝ ਇਹ ਦਾ ਕਾਰਨ ਇਹ ਹੈ ਕਿ ਉਹਨਾਂ ਨੇ ਇਹ ਮਹਿਸੂਸ ਕਰ ਲਿਆ ਕਿ ਗੱਲ ਜਿਹੜੀ ਹੱਥੋਂ ਨਿਕਲ ਗਈ ਗੇਮ ਕੈਪਟਨ ਦੇ ਹੱਥ ਵਿੱਚ ਚਲੀ ਗਈ ਜੀ ਜੀ ਔਰ ਹੁਣ ਆਪਾਂ ਆਪਣੇ ਥੋੜਾ ਜਿਹਾ ਇਹਦੇ ਨਾਲ ਅਲੱਗ ਕਰੀਏ ਪਰ ਮੇਰਾ ਖਿਆਲ ਹੈ ਜਿਹੜਾ ਉਹਨਾਂ ਨੇ ਅਲੱਗ ਕਰਨ ਦਾ ਵੀ ਆਪਣੇ ਆਪ ਨੂੰ ਯਤਨ ਕੀਤਾ ਇਹਦੇ ਵਿੱਚ ਵੀ ਨੁਕਸਾਨ ਉਹਨਾਂ ਦਾ ਹੀ ਹੋਣਾ ਹੈ ਕਿਉਂਕਿ ਲੋਕ ਇਹ ਪੁੱਛਣਗੇ ਇੱਕ ਪਾਸੇ ਤੁਸੀਂ ਗਵਰਨਰ ਨੂੰ ਮੈਮੋਰੈਂਡਮ ਦੇਣ ਵਾਸਤੇ ਕਾਪੀਆਂ ਦੇਣ ਵਾਸਤੇ ਜਾਂਦੇ ਹੋ ਵਿਧਾਨ ਸਭਾ ਚ ਤੁਸੀਂ ਵੋਟ ਉਹਦੇ ਹੱਕ ਵਿੱਚ ਪਾਉਣੇ ਹੋ ਔਰ ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕਹਿੰਦੇ ਹੋ ਅਸੀਂ ਸਾਰੇ ਇਕੱਠੇ ਹੋ ਕੇ ਰਾਸ਼ਟਰਪਤੀ ਕੋਲ ਵੀ ਜਾਵਾਂਗੇ ਤੇ ਦੋ ਘੰਟਿਆਂ ਬਾਅਦ ਤੁਸੀਂ ਵਿਰੋਧ ਕਰਦੇ ਹੋ ਇੱਥੋਂ ਪਤਾ ਲੱਗਦਾ ਕਿ ਇਹਨਾਂ ਦੀ ਜਿਹੜੀ ਹਾਲਤ ਬਹੁਤੀ ਚੰਗੀ ਇਹਨਾਂ ਹਾਲਾਤਾਂ ਚ ਆਪਾਂ ਦੇਖੀਏ ਤਾਂ ਇਹਨਾਂ ਹਾਲਾਤਾਂ ਚ ਇਹ ਲੱਗਦਾ ਹੈ ਕਿ ਕਾਂਗਰਸ ਪਾਰਟੀ ਦੇ ਲਈ ਜਿਹੜਾ ਹੈਗਾ ਸੰਭਾਵਨਾਵਾਂ ਬਣਦੀਆਂ ਜੇ ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਇਕੱਠੇ ਹੋ ਕੇ ਚੱਲਦੇ ਹੈ ਤਾਂ ਫਿਰ ਕਾਂਗਰਸ ਪਾਰਟੀ 2022 ਦੇ ਵਿੱਚ ਇੱਕ ਵਾਰੀ ਮੋਰਚਾ ਫਿਰ ਮਾਰ ਸਕਦੀ ਹੈ ਤੇ ਮੇਰੇ ਖਿਆਲ ਮੁਤਾਬਕ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਸੋਨੀਆ ਗਾਂਧੀ ਉਹਨਾਂ ਦੀ ਸੋਚ ਇਹੀ ਹੈ ਔਰ ਹਰੀਸ਼ ਰਾਵਤ ਨੂੰ ਇਸ ਗੱਲ ਦੇ ਬੂਰੇ ਲਾਇਆ ਹੈ ਅੱਜ ਹਰੀਸ਼ ਰਾਵਤ ਨੇ ਜਿਹੜੀ MLA ਨਾਲ ਵੀ ਮੀਟਿੰਗ ਕੀਤੀ ਹੈ ਉੱਥੇ ਵੀ ਉਹਨੇ ਪ੍ਰੇਸ ਕੀਤੀ ਹੈ ਸਾਰਿਆਂ ਦੀ ਰਲ ਮਿਲ ਕੇ ਵੀ ਗੱਲ ਇਕੱਠੇ ਚੱਲੋ ਮੇਰੇ ਖਿਆਲ ਮੁਤਾਬਕ ਇਹੀ ਗੱਲ ਬਣ ਰਹੀ ਹੈ ਕਿ 2022 ਦੇ ਲਈ ਕਮਰ ਕਸਾ ਕਾਂਗਰਸ ਪਾਰਟੀ ਨੇ ਕਸ ਲਿਆ ਜੀ ਜਗਜੀਤ ਜੀ ਆਉਂਦੇ ਰਹੋ ਸਤਿ ਸ੍ਰੀ ਅਕਾਲ ਕਿਸਾਨ ਵਿਰੋਧੀ ਬਿੱਲਾਂ ਦਾ ਮੋਦੀ ਦੇ ਖਿਲਾਫ ਜੀ ਉਹ ਪਾਉਣਗੇ ਉਹਦਾ ਮਤਲਬ ਕੀ ਨਿਕਲਦਾ ਜੀ ਇੱਕ ਸੀਗਾ ਜਿਹੜੀ ਪੰਜਾਬ ਸਰਕਾਰ ਆ ਕੋਈ ਏਦਾਂ ਦਾ ਕਾਨੂੰਨ ਨਹੀਂ ਬਣਾ ਸਕਦੀ ਜਿਵੇਂ ਹੁਣ ਬਾਹਰੋਂ ਜਿਹੜਾ ਝੋਨਾ ਟਰੱਕ ਫੜੇ ਗਏ ਉਹਨਾਂ ਨੂੰ ਰੋਕਿਆ ਜਾ ਸਕੇ ਪੰਜਾਬ ਚ ਨਾ ਆਉਣ ਉਹ ਜੀ ਬਿਲਕੁਲ ਜੀ ਤੁਹਾਡੀ ਗੱਲ 100% ਠੀਕ ਹੈ ਜੋ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਇਹੀ ਕੁਛ ਕੱਲ ਪੱਤਰਕਾਰਾਂ ਨੇ ਪੁੱਛਿਆ ਸੀ ਹਰਪਾਲ ਸਿੰਘ ਚੀਮਾ ਨੂੰ ਰਾਜ ਭਵਨ ਦੇ ਵਿੱਚ ਕਿ ਜਦੋਂ ਪੰਜਾਬ ਦੀ ਵਿਧਾਨ ਸਭਾ ਨੇ ਰੈਜੂਲੇਸ਼ਨ ਪਾਸ ਕਰ ਦਿੱਤਾ ਤਾਂ ਕੀ ਦਿੱਲੀ ਦੀ ਵਿਧਾਨ ਸਭਾ ਵੀ ਰੈਜੂਲੇਸ਼ਨ ਪਾਸ ਕਰੂਗੀ ਤਾਂ ਉਹਦਾ ਉੱਤਰ ਸੀ ਕਿ ਦਿੱਲੀ ਜਿਹੜੀ ਹੈਗੀ ਆ ਇਹ ਨਾਨ ਅਗਰੇਰੀਅਨ ਸਟੇਟ ਹੈ ਇਹ ਗੈਰ ਖੇਤੀਬਾੜੀ ਸਟੇਟ ਹੈ ਮੇਰੇ ਖਿਆਲ ਮੁਤਾਬਕ ਇਹ ਗੱਲ ਗਲਤ ਹੈ ਕਿਉਂਕਿ ਤੁਸੀਂ ਦੇਖਿਆ ਹੋਣਾ ਪਿਛਲੇ ਸਮੇਂ ਦੇ ਵਿੱਚ ਜਦੋਂ ਇੱਕ ਵਾਰੀ ਕਾਫੀ ਨੁਕਸਾਨ ਹੋਇਆ ਸੀ ਫਸਲਾਂ ਦਾ ਝੱਖੜ ਝੋਲਾ ਆਇਆ ਸੀ ਉਸ ਵੇਲੇ ਦਿੱਲੀ ਦੀ ਸਰਕਾਰ ਨੇ ਬਾਕੀ ਸਾਰੀਆਂ ਆਲੇ ਦੁਆਲੇ ਦੀਆਂ ਸਰਕਾਰਾਂ ਦੇ ਨਾਲੋਂ ਜ਼ਿਆਦਾ ਮੁਆਵਜ਼ਾ ਦਿੱਤਾ ਸੀ ਜੀ ਔਰ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਇਹਦਾ ਪ੍ਰਚਾਰ ਕੀਤਾ ਸੀ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਵੀ ਦਿੱਤੇ ਸੀ ਕਿ ਦੇਖੋ ਇਹ ਕੇਜਰੀਵਾਲ ਹੈ ਜਿਹੜਾ ਕਿਸਾਨਾਂ ਨੂੰ ਸਭ ਤੋਂ ਵੱਧ ਮੁਆਵਜ਼ਾ ਦਿੰਦਾ ਇਹ ਉਦੋਂ ਮੁਆਵਜ਼ਾ ਦਿੱਤਾ ਜਾ ਸਕਦਾ ਹੁਣ ਤਾਂ ਕਿਸਾਨਾਂ ਤੇ ਸਭ ਤੋਂ ਵੱਡਾ ਸੰਕਟ ਹੈ ਤਾਂ ਹੁਣ ਵੀ ਉਹ ਕਾਨੂੰਨ ਬਣਾਇਆ ਜਾ ਸਕਦਾ ਲੇਕਿਨ ਮੇਰੇ ਖਿਆਲ ਮੁਤਾਬਕ ਆਮ ਆਦਮੀ ਪਾਰਟੀ ਥੋੜਾ ਜਿਹਾ ਇਸ ਕਾਨੂੰਨ ਨੂੰ ਬਣਾਉਣ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਜਿਵੇਂ ਚੁਫੇਰੇ ਦਬਾਅ ਵੱਧ ਰਿਹਾ ਕੱਲਾ ਸੁਖਪਾਲ ਸਿੰਘ ਖਹਿਰਾ ਨੇ ਨੀ ਕਿਹਾ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਹਿ ਦਿੱਤਾ ਉਹਨਾਂ ਨੇ ਵੀ ਵਿਧਾਨ ਸਭਾ ਤੋਂ ਬਾਹਰ ਆਉਂਦਿਆਂ ਜਦੋਂ ਪੱਤਰਕਾਰਾਂ ਨਾਲ ਗੱਲ ਕੀਤੀ ਉਹਨੇ ਕਿ ਕੇਜਰੀਵਾਲ ਕਾਨੂੰਨ ਕਿਉਂ ਨੀ ਬਣਾਉਂਦਾ ਉਹ ਵੀ ਬਣਾਵੇ ਬਿਲਕੁਲ ਬਿਲਕੁਲ ਔਰ ਇਹ ਜਿਹੜਾ ਪੰਜਾਬ ਦੀ ਵਿਧਾਨ ਸਭਾ ਨੇ ਕਾਨੂੰਨ ਬਣਾਏ ਇਹਦਾ ਮਤਲਬ ਵੀ ਇਹ ਹੈ ਕਿ ਜਿਹੜੀਆਂ ਗੈਰ NDA ਸਰਕਾਰਾਂ ਹੈ ਉਹਨਾਂ ਸਾਰੀਆਂ ਸਰਕਾਰਾਂ ਤੇ ਉੱਥੋਂ ਦੇ ਲੋਕ ਦਬਾਅ ਪਾਉਣ ਕੇ ਉਹ ਅਜਿਹੇ ਕਾਨੂੰਨ ਬਣਾਉਣ ਤਾਂ ਕਿ ਇਹਦੇ ਨਾਲ ਕੇਂਦਰ ਸਰਕਾਰ ਦੇ ਉੱਤੇ ਦਬਾਅ ਬਣੇ ਔਰ ਮੇਰਾ ਖਿਆਲ ਹੈ ਵੀ ਇਹਨਾਂ ਨੂੰ ਇਹ ਕਰਨੇ ਪੈਣ। ਅੱਛਾ ਢਿੱਲੋਂ ਸਾਹਿਬ ਬਿਲਕੁਲ ਜਿਵੇਂ ਤੁਸੀਂ ਗੱਲ ਕਹੀ ਹੈ ਵੀ ਆਪਣੇ ਗੱਲ ਉਹ ਵੀ ਨਾਲ ਆਪਾਂ ਜੋੜ ਲੈਂਦੇ ਹਾਂ ਕਿ ਜਿਹੜਾ ਬਾਹਰੋਂ ਝੋਨਾ ਆਉਂਦਾ ਇਹ ਤਾਂ ਬਹੁਤ ਵੱਡਾ ਸਕੈਂਡਲ ਹੈ। ਪਹਿਲਾਂ ਰੇਲ ਗੱਡੀਆਂ ਰਾਹੀਂ ਆਉਂਦਾ ਸੀ ਹੁਣ ਟਰੱਕਾਂ ਰਾਹੀਂ ਆਉਣ ਲੱਗ ਪਿਆ। ਪਰ ਜਿਵੇਂ ਗੱਲ ਕੀਤੀ ਹੈ ਆਪਾਂ ਵੀ ਇਹਨਾਂ ਨੇ ਵੀ ਕਿਹਾ ਕਿ ਕੇਜਰੀਵਾਲ ਦੇ ਉੱਤੇ, ਪਰ ਪੰਜਾਬ ਦੇ ਵਿਧਾਨ ਸਭਾ ਦਾ ਜਿਹੜਾ ਕਾਨੂੰਨ ਪਾਸ ਹੋਇਆ ਹਰਿਆਣਾ ਲਈ ਵੀ ਇੱਕ ਬਹੁਤ ਵੱਡੀ ਚੁਣੌਤੀ ਬਣ ਗਿਆ। ਹਰਿਆਣਾ ਲਈ ਵੀ ਬਹੁਤ ਵੱਡੀ ਚੁਣੌਤੀ ਹੈ ਜੀ। ਹਰਿਆਣਾ ਲਈ ਇਸ ਕਰਕੇ ਵੱਡੀ ਚੁਣੌਤੀ ਹੈ ਕਿ ਹਰਿਆਣੇ ਦੇ ਵਿੱਚ ਇੱਕ ਬਾਈ ਇਲੈਕਸ਼ਨ ਹੋ ਰਹੀ ਹੈ ਜੀ। ਮੇਰਾ ਖਿਆਲ ਹੈ ਸ਼ਾਇਦ ਬਰੋਦਾ ਨਾ ਹੈ ਉਸ ਜਿਹੜੀ ਹੈ ਕੰਸਟੀਚੁਐਂਸੀ ਦਾ ਜਿਹੜੀ ਖਾਲੀ ਹੋਈ ਵੀ ਸੀ ਉੱਥੇ ਇਲੈਕਸ਼ਨ ਹੋ ਰਹੀ ਹੈ ਤੇ ਇਲੈਕਸ਼ਨ ਕਦੋਂ ਹੋ ਰਹੀ ਹੈ? 4 ਨਵੰਬਰ ਜੀ। 4 ਨਵੰਬਰ ਨੂੰ ਇਲੈਕਸ਼ਨ ਹੋ ਰਹੀ ਹੈ। ਪੰਜਾਬ ਦੀ ਵਿਧਾਨ ਸਭਾ ਨੇ ਰੈਗੂਲੇਸ਼ਨ ਪਾ ਦਿੱਤਾ। ਜਿਹੜਾ ਚੁਟਾਲਾ ਪਰਿਵਾਰ ਆ ਉਹਦੇ ਉੱਤੇ ਪ੍ਰੈਸ਼ਰ ਪਹਿਲਾਂ ਹੀ ਪਿਆ ਹੋਇਆ ਕਿ ਦੁਸ਼ਯੰਤ ਸਿੰਘ ਚੁਟਾਲਾ ਜਿਹੜਾ ਹੈਗਾ ਉਹ ਬੀਜੇਪੀ ਚੋਂ ਬਾਹਰ ਆਵੇ, ਸਰਕਾਰ ਦੇ ਵਿੱਚੋਂ ਬਾਹਰ ਆਵੇ, ਅਸਤੀਫਾ ਦੇਵੇ ਔਰ ਉਹ ਹਮਾਇਤ ਵਾਪਸ ਲੈ ਲੈਣ। ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਕਾਂਗਰਸ ਨੇ ਆਪਣੀ ਮਤਲਬ ਕਾਂਗਰਸ ਦੀ ਸਰਕਾਰ ਨੇ ਪਹਿਲ ਕਦਮੀ ਕਰਕੇ ਵਿਧਾਨ ਸਭਾ ਚੋਂ ਇਹ ਰੈਗੂਲੇਸ਼ਨ ਪਾਸ ਕਰਵਾ ਲਿਆ ਤਾਂ ਉਹ ਪ੍ਰੈਸ਼ਰ ਥੱਲੇ ਹੈ ਜਿਹੜੀ ਆਪਣੀ ਖੱਟਰ ਸਰਕਾਰ ਹੈ ਤੇ ਖੱਟਰ ਸਰਕਾਰ ਨੂੰ ਇਹ ਬਾਈ ਇਲੈਕਸ਼ਨ ਦੇ ਵਿੱਚ ਖਮਿਆਜਾ ਵੀ ਭੁਗਤਣਾ ਪੈ ਸਕਦਾ। ਇੱਕ ਵੱਡੀ ਚੁਣੌਤੀ ਹੈ ਕਿਉਂਕਿ ਖੱਟਰ ਸਰਕਾਰ ਰੈਗੂਲੇਸ਼ਨ ਪਾ ਨਹੀਂ ਸਕਦੀ, ਕੇਂਦਰ ਦੇ ਕਾਨੂੰਨਾਂ ਨੂੰ ਰਾਦੋ ਕਰ ਨਹੀਂ ਸਕਦੀ ਔਰ ਇਹ ਬੈਲਟ ਜਿਹੜੀ ਹੈਗੀ ਹੈ ਕਿਸਾਨ ਬੈਲਟ ਹੈ। ਕਿਸਾਨ ਨਾਰਾਜ਼ ਹੋ ਕੇ ਫਿਰ ਉਹ ਵੋਟਾਂ ਵੀ ਖਿਲਾਫ ਪਾ ਸਕਦੇ ਤੇ ਨਤੀਜਾ ਕੀ ਹੋਊਗਾ? ਜੇ ਇੱਕ ਬਾਈ ਇਲੈਕਸ਼ਨ ਦੀ ਸੀਟ ਹਾਰ ਗਈ ਤਾਂ ਫਿਰ ਹਾਰ ਦਾ ਮੁੱਢ ਬਣ ਜਾਣਾ। ਉੱਤਰੀ ਭਾਰਤ ਇੱਕ ਅਜਿਹਾ ਕਿੱਤਾ ਹੈ ਜਿੱਥੋਂ ਕਿਸੇ ਪਾਰਟੀ ਦੇ ਉਤਰਾਅ ਚੜਾਅ ਦਾ ਫੈਸਲਾ ਹੁੰਦਾ ਹੈ।
ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਕਾਂਗਰਸ ਪਾਰਟੀ ਦੀ ਮੁੜ ਸੁਰਜੀਤੀ ਆ ਪਹਿਲਾਂ ਵੀ ਪੰਜਾਬ ਤੋਂ ਹੋਈ ਜੀ ਜੀ ਜਦੋਂ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਿਆ ਦੋ ਸਾਲਾਂ ਦੇ ਅਰਸੇ ਬਾਅਦ 2004 ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਹੈ ਇੱਕ ਕੋਲੀਸ਼ਨ ਸਰਕਾਰ ਬਣਾਉਣ ਚ ਕਾਮਯਾਬ ਹੋ ਗਈ ਸੀ ਜਿਸ ਕੋਲੀਸ਼ਨ ਸਰਕਾਰ ਦੇ ਮੁਖੀ ਸਰਦਾਰ ਮਨਮੋਹਨ ਸਿੰਘ ਹੁੰਦੇ ਸੀ ਡਾਕਟਰ ਸਾਹਿਬ ਜੀ ਔਰ ਇਹੀ ਚੀਜ਼ ਹਰਿਆਣਾ ਦੇ ਨਾਲ ਜੁੜਦੀ ਹਰਿਆਣਾ ਦੇ ਪੰਜਾਬ ਦੇ ਦੋ ਰਲ ਜਾਂਦੇ ਗੱਲ ਕਿਤੇ ਨੀ ਕਿਤੇ ਜਾਣੀ ਹੈ ਬਹੁਤ ਵੱਡੀ ਇਹ ਗੱਲ ਹੋ ਜਾਣੀ ਹੈ ਜੋ ਵੀਰ ਜੀ ਹੋਰਾਂ ਨੇ ਗੱਲ ਕੀਤੀ ਸੀ ਕਿ ਕਾਨੂੰਨ ਨੀ ਬਣਾਇਆ ਜਾ ਸਕਦਾ ਕਾਨੂੰਨ ਤਾਂ ਪਹਿਲਾਂ ਹੀ ਹੈਗੇ ਕਿ ਬਾਹਰਲੀ ਸਟੇਟ ਜਿਹੜੀ ਹੈਗੀ ਆ ਜਿਹੜੇ ਉੱਥੋਂ ਦੇ ਸਾਡੇ ਇੱਥੋਂ ਦੇ ਰਹਿਣ ਵਾਲੇ ਨੀ ਉੱਥੇ ਹੋਏ ਪਰ ਇਹਦੇ ਨਾਲ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜਾ ਕਾਨੂੰਨ ਹੁਣ ਕੇਂਦਰ ਸਰਕਾਰ ਨੇ ਬਣਾਇਆ ਜੀ ਕੇਂਦਰ ਸਰਕਾਰ ਇੱਕ ਪਾਸੇ ਤਾਂ ਇਹ ਕਹਿੰਦੀ ਵੀ MSP ਰਹੂਗਾ ਨਾਲ ਕੇਂਦਰ ਸਰਕਾਰ ਇਹ ਵੀ ਕਹਿੰਦੀ ਹੈ ਕਿ ਭਾਰਤ ਦਾ ਕੋਈ ਵੀ ਕਿਸਾਨ ਕਿਤੇ ਵੀ ਜਾ ਕੇ ਆਪਣੀ ਫਸਲ ਵੇਚ ਸਕਦੇ ਬਾਕੀ ਸੂਬਿਆਂ ਦੇ ਵਿੱਚ ਤਾਂ MSP ਹੈ ਹੀ ਨੀ MSP ਜਾਂ ਤਾਂ ਪੰਜਾਬ ਚ ਹਰਿਆਣੇ ਚਾਹੇ ਯੂਪੀ ਦੇ ਕਿਸੇ ਦੇ ਵਿੱਚ ਹੈ ਇਹਦਾ ਮਤਲਬ ਬਿਹਾਰ ਮੱਧ ਪ੍ਰਦੇਸ਼ ਦੇ ਲੋਕ ਵੀ ਇੱਥੇ ਲੈ ਕੇ ਆਇਆ ਕਰਨਗੇ ਔਰ ਜੇ ਉਹ ਇੱਥੇ ਲੈ ਕੇ ਆਇਆ ਕਰਨਗੇ MSP ਲੈਣ ਵਾਸਤੇ ਜਿਵੇਂ ਕਿ ਹੁਣ ਉਹ ਸੈਂਕੜੇ ਦੀ ਤਾਦਾਦ ਦੇ ਵਿੱਚ ਜਿਹੜੇ ਹੈਗੇ ਬਾਰਡਰ ਦੇ ਉੱਤੇ ਖੜੇ ਆ ਤੁਹਾਡੇ ਟਰੱਕ ਅੱਜ ਹੀ ਸੰਗਰੂਰ ਦੀ ਖਬਰ ਆ ਰਹੀ ਹੈ ਕਿ ਸੈਂਕੜੇ ਟਰੱਕ ਉੱਥੇ ਖੜੇ ਪਏ ਇਹਦੇ ਨਾਲ ਤਾਂ ਪੰਜਾਬ ਦੇ ਵਿੱਚ ਅਨਾਰਕੀ ਫੈਲ ਜੂਗੀ ਦਾਣੇ ਰੱਖਣ ਵਾਸਤੇ ਤਾਂ ਤੁਸੀਂ ਪਹਿਲਾਂ ਹੀ ਥਾਂ ਆਣੀ ਤੇ ਭਾਂਡਾ ਜਿਹੜਾ ਇਹ ਸਕੈਂਡਲ ਹੈ ਢਿੱਲੋ ਸਾਹਿਬ ਬੜਾ ਤਕੜਾ ਸਕੈਂਡਲ ਹੈ ਮੈਂ 2004 ਦੇ ਵਿੱਚ ਜੋ ਸ਼ਰਦ ਯਾਦਵ ਹੁੰਦੇ ਉਦੋਂ ਕੱਢਿਆ ਸੀ ਇਹ ਬੜਾ ਤਕੜਾ ਪੰਜਾਬ ਲੈਵਲ ਸਕੈਂਡਲ ਤਾਂ ਪੰਜਾਬ ਲੈਵਲ ਤੇ ਨਹੀਂ ਜੀ ਸਕੈਂਡਲ ਜਿਹੜਾ ਹੈਗਾ ਵਪਾਰੀਆਂ ਦਾ ਸਕੈਂਡਲ ਹੈ FCI ਦੇ ਵਪਾਰੀਆਂ ਦਾ ਹਾਂ ਵਪਾਰੀ ਜਿਹੜੇ ਸਸਤੇ ਰੇਟ ਦੇ ਉੱਤੇ ਉੱਥੇ ਖਰੀਦਦੇ ਹੈ ਜਿਹੜੇ ਕਿਸਾਨ ਹੈ ਕਿਸਾਨਾਂ ਨੂੰ ਸਸਤੇ ਰੇਟ ਦੇ ਉੱਤੇ ਖਰੀਦ ਕੇ ਉਹਨਾਂ ਨੂੰ ਲੁੱਟਦੇ ਹੈ ਫਿਰ ਮਹਿੰਗੇ ਪੈ ਗਏ ਭਾਅ ਦੇ ਉੱਤੇ ਉੱਥੇ ਅੱਗੇ ਵੇਚਦੇ ਸਰਕਾਰ ਨੂੰ ਵੇਚਦੇ ਆ ਵੇਚਦੇ ਆ MSP ਦਾ ਤੁਸੀਂ ਸਰਕਾਰ ਨੂੰ ਵੇਚਦੇ ਔਰ ਸਰਕਾਰੀ ਏਜੰਸੀਆਂ ਦੇ ਅਫਸਰ ਜਿਹੜੇ ਉਹ ਨਾਲ ਮਿਲੇ ਹੁੰਦੇ ਨਾਲ ਮਿਲੇ ਬਿਲਕੁਲ ਮਿਲੇ ਹੁੰਦੇ ਆ ਹੁਣ ਪਤਾ ਹੀ ਉਹਨਾਂ ਨੂੰ ਵੀ ਝੋਨਾ ਖਰੀਦ ਕਿੰਨੀ ਕੀਤੀ ਅਸਲ ਤੇ ਪੇ ਬੈਕ ਕਿੰਨਾ ਹੋ ਰਿਹਾ ਬਿਲਕੁਲ ਬਿਲਕੁਲ ਜੀ ਬਿਲਕੁਲ ਆਹ ਚੀਜ਼ ਹੈ ਤੇ ਹੁਣ ਹਰਿਆਣੇ ਦੀ ਆਪਾਂ ਵਿਚਾਲੇ ਜੀ ਥੋੜੀ ਜੀ ਆ ਗਈ ਸੀ ਕਿ ਜਿਹੜਾ ਹਰਿਆਣਾ ਹੈਗਾ ਤੇ ਤੁਸੀਂ ਆਪਾਂ ਉਹ ਵੀ ਗੱਲ ਕਰ ਲਈ ਕਿ ਹਰਿਆਣੇ ਦੇ ਵਿੱਚ ਇੱਕ ਬਾਈ ਇਲੈਕਸ਼ਨ ਆ ਪਰ ਅੱਜ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਢਿੱਲੋ ਸਾਹਿਬ ਉੱਥੇ ਹਰਿਆਣੇ ਦਾ ਇੱਕ ਮੰਤਰੀ ਪ੍ਰੋ ਰੈਲੀ ਕੱਢ ਰਿਹਾ ਜੀ ਤੇ ਪੁਲਿਸ ਜਿਹੜੀ ਹੈਗੀ ਆ ਪੁਲਿਸ ਦੀ ਪੂਰੀ ਸਹੂਲਤ ਨਾਲ ਪੂਰੀ ਆਕੜ ਹੈ ਕਿ ਗੱਡੀਆਂ ਚੜਾਈਆਂ ਰੁਕ ਨੀ ਰਿਹਾ ਉਹ ਗੱਡੀਆਂ ਚੜਾ ਰਿਹਾ ਕੀ ਕਹਿੰਦੇ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਉੱਤੇ ਦੇਖੋ ਗੱਲ ਇਹ ਹੈ ਕਿ ਉਹ ਕਹਿੰਦੇ ਹੁੰਦੇ ਆ ਵੀ ਜਦੋਂ ਗਿੱਦੜ ਦੀ ਮੌਤ ਹੁੰਦੀ ਹੈ ਉਹ ਪਿੰਡ ਵਾਲੇ ਪਾਸੇ ਨੂੰ ਭਜਦਾ ਹੈ ਜੀ ਕਿਸਾਨ ਇਸ ਵੇਲੇ ਉਬਲਿਆ ਪਿਆ ਕਿਸਾਨ ਮੱਚਿਆ ਪਿਆ ਔਰ ਕਿਸਾਨ ਜੇ ਅਸੀਂ ਕਹਿ ਦਈਏ ਪੰਜਾਬ ਤੇ ਹਰਿਆਣੇ ਦਾ ਨੀ ਜੇ ਅਸੀਂ ਦੇਖੀਏ ਤਾਂ ਤੁਸੀਂ ਇਹ ਦੇਖੋ ਕਿ ਕਿੱਥੇ ਕਰਨਾਟਕਾ ਹੈ ਜੀ ਕਿੱਥੇ ਕੇਰਲਾ ਹੈ ਉਹਨਾਂ ਰਾਜਾਂ ਦੇ ਵਿੱਚ ਵੀ ਪ੍ਰੋਟੈਸਟ ਹੋ ਰਹੇ ਹੈ ਔਰ 28 ਤਾਰੀਖ ਨੂੰ ਜਿਹੜੀ ਹੈਗੀ ਇੱਕ ਮੀਟਿੰਗ ਹੋ ਰਹੀ ਹੈ ਕਿਸਾਨਾਂ ਦੀ ਇਹਦੇ ਰਾਹੀਂ ਉਹਨਾਂ ਨੇ ਸਾਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਨੂੰ ਇਕੱਠਿਆਂ ਕਰਨਾ ਹੈ 5 ਨਵੰਬਰ ਨੂੰ ਜਿਹਦੇ ਇਲੈਕਸ਼ਨ ਤੋਂ ਇੱਕ ਦਿਨ ਮਗਰੋਂ ਸਾਰੇ ਦੇਸ਼ ਦੇ ਵਿੱਚ ਸ਼ਾਮ ਦੇ 4 ਵਜੇ 10 ਵਜੇ ਤੋਂ ਲੈ ਕੇ ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਚੱਕਾ ਜਾਮ ਹੈ ਔਰ ਜਿਸ ਢੰਗ ਦੇ ਨਾਲ ਤੁਸੀਂ ਮਤਲਬ ਅੰਨਦਾਤੇ ਨੂੰ ਚੁਣੌਤੀ ਦਿੰਦੇ ਇਹ ਉਹਦੇ ਚ ਇੰਨੀ ਜ਼ਰੂਰ ਪੈ ਗਈ ਤਾਂ ਫਿਰ ਪੁਲਿਸ ਨੂੰ ਛੱਡ ਦੇ ਫਿਰ ਗੱਡੀਆਂ ਚੜਾਵੇ ਪੁਲਿਸ ਦੇ ਨਾਲ ਤਾਂ ਜਦੋਂ ਲੋਕਾਂ ਨੂੰ ਫਿਰ ਗੋਲੀਆਂ ਮਾਰ ਕੇ ਮਾਰ ਦੇ ਜੀ ਜੀ ਜੇ ਤੁਸੀਂ ਗੱਡੀਆਂ ਚੜਾਉਣੀਆਂ ਪੁਲਿਸ ਦੀ ਮਦਦ ਦੇ ਨਾਲ ਕਿ ਮੈਂ ਪ੍ਰੋ ਰੈਲੀ ਕੱਢ ਕੇ ਜਦੋਂ ਪ੍ਰੋ ਥੋੜੀ ਰੈਲੀ ਸੁਣਨ ਨੂੰ ਕੋਈ ਤਿਆਰ ਹੀ ਹੈ ਮੋਦੀ ਸਾਹਿਬ ਵਾਲੀ ਗੱਲ ਹੋ ਗਈ ਨਾ ਕਿ ਮੈਂ ਕਿਸਾਨਾਂ ਦੇ ਹੱਕ ਵਿੱਚ ਕਾਨੂੰਨ ਬਣਾਉਣਾ ਕਹਿੰਦੇ ਸਾਨੂੰ ਚਾਹੀਦਾ ਹੀ ਰਹਿਣ ਦੇ ਭਰਾਵਾ ਹੱਕ ਚ ਬੋਲਣ ਨੂੰ ਸਾਨੂੰ ਤੂੰ ਰਹਿਣ ਦੇ ਸਾਨੂੰ ਤਾਂ ਚਾਹੀਦਾ ਜਿਵੇਂ ਉਹ ਧੱਕੇ ਨਾਲ ਕਹਿੰਦਾ ਕਿ ਨਹੀਂ ਨਹੀਂ ਮੈਂ ਤਾਂ ਤੁਹਾਨੂੰ ਜਿਹੜੀ ਹੈਗੀ ਹੈ ਦਵਾਈ ਦੇਣੀ ਉਹ ਕਹਿੰਦੇ ਅਸੀਂ ਦਵਾਈ ਲੈਣੀ ਨੀ ਅਸੀਂ ਮਰੀਜ਼ ਹੀ ਹੈ ਨੀ ਦੇਖੋ ਹੁਣ ਕੱਲ ਵਾਲਾ ਭਾਸ਼ਣ ਵੀ ਦੇਖੀਏ ਤਾਂ ਉਹਦੇ ਸਰਕਾਰਾਂ ਦੀ ਕੀ ਆਪਣੇ ਕਾਨੂੰਨਾਂ ਦੀ ਕੀ ਗੱਲ ਕਰਤੀ ਕੋਈ ਗੱਲ ਨੀ ਕੀਤੀ ਕੋਈ ਕਾਨੂੰਨ ਦੀ ਗੱਲ ਨੀ ਕੀਤੀ ਪਰ ਕੱਲ ਵਾਲਾ ਭਾਸ਼ਣ ਹੈ ਜਿਹੜਾ ਕੱਲ ਵਾਲੇ ਭਾਸ਼ਣ ਦੇ ਵਿੱਚ ਤੁਸੀਂ ਨਰਿੰਦਰ ਮੋਦੀ ਸਾਹਿਬ ਦੀ ਬੋਡੀ ਲੈਂਗੁਏਜ ਦੇਖੋ ਜੀ ਕੱਲ ਨਰਿੰਦਰ ਮੋਦੀ ਸਾਹਿਬ ਦੇ ਵਿੱਚ ਉਹ ਵਰਕ ਨਹੀਂ ਸੀ ਜਿਹੜੀ ਪਹਿਲਾਂ ਹੁੰਦੀ ਸੀ ਕਿਉਂਕਿ ਪੰਜਾਬ ਦੀ ਵਿਧਾਨ ਸਭਾ ਚ ਰੈਜੂਲੇਸ਼ਨ ਪਾਸ ਹੋ ਜਾਣਾ ਜੀ ਇਹਦਾ ਮਤਲਬ ਇਹ ਹੈ ਕਿ ਸਮੁੱਚੇ ਪੰਜਾਬ ਕਿਉਂਕਿ ਭਾਰਤ ਕੰਨੀ ਵੀ ਭਾਰਤ ਦੇਖ ਰਿਹਾ ਪੰਜਾਬ ਕੰਨੀ ਕੀ ਕਰ ਰਿਹਾ ਪਰ ਬਿਲਕੁਲ ਨਹੀਂ ਉਹਦੇ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਤਕਰੀਰ ਕੀਤੀ ਹੈ ਜਿਹਦੇ ਵਿੱਚ ਉਹਨੇ ਕਿਹਾ ਕਿ ਤੁਸੀਂ ਛੇੜਛਾੜ ਨਾ ਕਰੋ ਪੰਜਾਬ ਦੇ ਜਜ਼ਬਾਤਾਂ ਨਾਲ ਇਹਦਾ ਖਮਿਆਜ਼ਾ ਭੁਗਤਣਾ ਪੈਣਾ ਸ਼ਾਇਦ ਉਹਨਾਂ ਨੂੰ ਹਿਸਾਬਤਾ ਵੀ ਲਾਉਣ ਲੱਗ ਗਏ ਹੋਣਗੇ ਕਿ ਕੀ ਹੋਊਗਾ ਉਹ ਟਾਈਮ ਜਿਹੜਾ ਹੈਗਾ ਜਿਹੜਾ 1978 ਤੋਂ ਲੈ ਕੇ ਪੰਜਾਬ ਦੇ ਹਾਲਾਤ ਖਰਾਬ ਹੋਣੇ ਸ਼ੁਰੂ ਹੋਏ ਸੀ ਤੇ 93-94 ਤੱਕ ਰਹੇ ਹੈ ਹੁਣ ਉਹਦੇ ਨਾਲੋਂ ਕਿਤੇ ਜ਼ਿਆਦਾ ਜਿਹੜੀ ਹੈ ਸਥਿਤੀ ਹੈ ਉਹ ਨਾਜ਼ੁਕ ਬਣੀ ਹੋਈ ਹੈ ਜੀ ਕਿਉਂਕਿ ਇੱਕ ਪਾਸੇ ਪੰਜਾਬ ਦੀ ਸਥਿਤੀ ਖਰਾਬ ਹੈ ਦੂਜੇ ਪਾਸੇ ਜੰਮੂ ਕਸ਼ਮੀਰ ਦੇ ਵਿੱਚ ਵੀ ਕਿਹੜਾ ਠੀਕ ਹੈ ਜੀ ਜੰਮੂ ਕਸ਼ਮੀਰ ਦੇ ਵਿੱਚ ਮਹਿਬੂਬਾ ਮੁਫਤੀ ਨੂੰ ਛੱਡਤਾ ਜੀ ਮਹਿਬੂਬਾ ਮੁਫਤੀ ਨੂੰ ਜਿਹੜੀ ਸੁਪਰੀਮ ਕੋਰਟ ਚ ਉਹਦੀ ਬੇਟੀ ਨੇ ਪਟੀਸ਼ਨ ਪਾਈ ਸੀ ਉਹਦੀ ਵਜ੍ਹਾ ਕਾਰਨ ਉਹਨੂੰ ਰਿਹਾ ਤਾਂ ਕਰਨਾ ਪੈ ਗਿਆ ਪਰ ਰਿਹਾ ਹੋਣ ਤੋਂ ਬਾਅਦ ਤੁਸੀਂ ਉਹਦੇ ਤੇਵਰ ਦੇਖੋ ਕਿੱਡੇ ਦਿੱਕੇ
ਉਹ ਕਹਿੰਦੀ ਹੈ ਕਿ ਸਾਨੂੰ ਮਨਜ਼ੂਰ ਹੀ ਕੁਛ ਨੀ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਜੰਮੂ ਕਸ਼ਮੀਰ ਦਾ ਪੁਰਾਣਾ ਸਟੇਟਸ ਬਹਾਲ ਨਹੀਂ ਹੁੰਦਾ, ਧਾਰਾ 370 ਤੁਸੀਂ ਬਹਾਲ ਨਹੀਂ ਕਰਦੇ। ਔਰ ਸਾਰੇ ਜਿਹੜੇ ਹੈਗੇ ਹੈ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੋਕ ਇਕੱਠੇ ਹੋ ਕੇ ਉੱਥੇ ਬੈਠ ਕੇ ਗੈਰ ਜਿਹੜੇ ਹੈਗੇ ਹੈ ਬੀਜੇਪੀ ਵਾਲੇ ਉਹ ਵੀ ਇੱਕ ਐਜੀਟੇਸ਼ਨ ਸ਼ੁਰੂ ਕਰਨ ਦੀ ਤਿਆਰੀ ਦੇ ਵਿੱਚ ਹੈ। ਔਰ ਸਰਕਾਰ ਉੱਥੇ ਕਿੰਨੀ ਘਬਰਾਈ ਹੋਈ ਹੈ, ਕੇਂਦਰ ਦੀ ਸਰਕਾਰ ਤੇ ਜੇ ਪੰਜਾਬ ਨਾਲ ਲੱਗ ਗਿਆ ਉਹਨੇ ਸਰਹੱਦੀ ਰਾਜ ਹੈਗੇ ਔਰ ਉਹਦੇ ਵਿੱਚ ਪਾਕਿਸਤਾਨ ਤੇ ਚਾਈਨਾ ਜਿਵੇਂ ਫਾਇਦਾ ਉਠਾਉਣ ਦਾ ਯਤਨ ਕਰਨਗੇ, ਇਹ ਬੜੀ ਵੱਡੀ ਪ੍ਰੋਬਲਮ ਹੋ ਜਾਂਦੀ ਹੈ। ਇਸੇ ਕਰਕੇ ਹੁਣ ਮੋਦੀ ਸਾਹਿਬ ਨੂੰ ਵੀ ਘਬਰਾਹਟ ਹੈ, ਕੱਲ ਉਹਨਾਂ ਦੀ ਬੋਡੀ ਲੈਂਗੁਏਜ ਜਿਹੜੀ ਉਹ ਦੱਸਦੀ ਹੈ ਕਿ ਉਹ ਹੈਗੇ ਹੈ ਸਹਿਜ ਨੀ ਹੈਗੇ, ਕਾਫੀ ਅਸਹਿਜ ਮਹਿਸੂਸ ਕਰ ਰਹੇ ਸੀ ਜੀ। ਸੋ ਇੱਕ ਕਾਲ ਲੈ ਕੇ ਫਿਰ ਤੁਹਾਡੇ ਤੋਂ ਇਜਾਜ਼ਤ ਲਵਾਂਗੇ। ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਣੇ ਹੋ ਵਟਸਐਪ ਤੇ। ਹੈਲੋ ਸਤਿ ਸ੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਬੋਲਦਾ ਢਿੱਲੋਂ ਸਾਹਿਬ, ਸਤਿ ਸ੍ਰੀ ਅਕਾਲ, ਧੰਨਵਾਦ ਸਰ। ਮੇਰੇ ਸਵਾਲ ਇੱਕ ਇਹ ਸੀ ਜੀ। ਜੀ ਜੀ ਹੈਲੋ, ਹਾਂਜੀ ਹਾਂਜੀ ਬੋਲੋ ਜੀ। ਹਾਂਜੀ, ਮੇਰਾ ਸਵਾਲ ਇੱਕ ਤਾਂ ਇਹ ਸੀ ਜੀ, ਇੱਕ ਕਿਹੜਾ ਬਾਦਲ ਸਾਹਿਬ ਨੇ ਵੀ ਵਿਧਾਨ ਸਭਾ ਚ ਮਤਾ ਪਾਸ ਕੀਤਾ ਸੀ ਤੇ ਜਾਖੜ ਨੂੰ ਨਾਲ ਲੈ ਗਏ ਸੀ ਰਾਜਪਾਲ ਕੋਲੇ ਤੇ ਮਤਾ ਘਰੇ ਹੀ ਰੱਖ ਗਏ ਸੀਗੇ ਤੇ ਉੱਥੇ ਸਾਈਨ ਕਰਵਾਉਣ ਗਏ ਸੀ, ਉਹ ਮਤੇ ਦਾ ਕੀ ਬਣਿਆ? ਸ਼ਾਇਦ SYL ਤੇ ਸੀ, ਉਹਦੇ ਤੇ ਰਾਜਪਾਲ ਨੇ ਸਾਈਨ ਕੀਤੇ ਜਾਂ ਨਹੀਂ ਕੀਤੇ, ਉਹਦਾ ਮੌਜੂਦਾ ਸਟੇਟਸ ਕੀ ਆ? ਦੂਜਾ, ਇੱਕ ਰਾਜਸਥਾਨ ਦੀ ਸਰਕਾਰ ਨੇ, ਕੈਬਨਿਟ ਨੇ ਕੱਲ ਫੈਸਲਾ ਕੀਤਾ ਰਾਤ, ਉਹਨਾਂ ਨੇ ਵੀ ਕਹਿਤਾ ਵੀ ਅਸੀਂ ਜਾਂ ਬਹੁਤ ਛੇਤੀ ਸੈਸ਼ਨ ਬੁਲਾ ਕੇ ਕਾਨੂੰਨ ਪਾਸ ਕਰ ਰਹੇ ਹਾਂ ਪੰਜਾਬ ਵਾਂਗ, ਇਹ ਅਖਬਾਰਾਂ ਚ ਖਬਰ ਲੱਗੀ ਹੋਈ ਆ ਅੱਜ ਦੇ। ਧੰਨਵਾਦ, ਮਿਹਰਬਾਨੀ, ਥੈਂਕ ਯੂ ਟਾਈਮ ਦੇਣ ਵਾਸਤੇ। ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਬਾਦਲ ਸਾਹਿਬ ਉਹ ਲੈ ਕੇ ਗਏ ਸੀ ਰੈਗੂਲੇਸ਼ਨ, ਉਹ ਰੈਗੂਲੇਸ਼ਨ ਤਾਂ ਇਸ ਕਿਸਮ ਦਾ ਰੈਗੂਲੇਸ਼ਨ ਹੀ ਨਹੀਂ ਸੀ, ਉਹਦਾ ਰੈਗੂਲੇਸ਼ਨ ਸਿਰਫ ਇਹੀ ਸੀਗਾ ਜੀ ਅਸੀਂ ਵਿਰੋਧ ਕਰਦੇ ਹਾਂ SYL ਦੇ ਸੰਬੰਧ ਵਿੱਚ ਸੀ, ਤੇ ਉਹਨਾਂ ਨੇ ਜਿਹੜਾ ਇੱਕ ਰੈਗੂਲੇਸ਼ਨ ਪਾਸ ਕੀਤਾ ਸੀ ਕਿ ਜੀ ਅਸੀਂ ਡੀਨੋਟੀਫਾਈ ਕਰ ਦਿੱਤਾ ਉਹਨੂੰ ਜ਼ਮੀਨ ਨੂੰ ਜਿਹੜੀ SYL ਵਾਸਤੇ ਜ਼ਮੀਨ ਅਕਵਾਇਰ ਕੀਤੀ ਸੀ ਪੰਜਾਬ ਦੀ, ਉਹ ਬਾਦਲ ਸਾਹਿਬ ਦੇ ਦੌਰ ਦੀ ਹੋਈ ਸੀ। ਉਦੋਂ ਹਰਿਆਣੇ ਦੀ ਸਰਕਾਰ ਤੋਂ ਬਾਦਲ ਸਾਹਿਬ ਨੇ 2 ਕਰੋੜ ਰੁਪਇਆ ਲਿਆ ਸੀ, ਉਹਨੂੰ ਡੀਨੋਟੀਫਾਈ ਕੀਤਾ, ਉਹਨੂੰ ਚੁਣੌਤੀ ਦਿੱਤੀ ਹੋਈ ਹੈ, ਤਾਂ ਸੁਪਰੀਮ ਕੋਰਟ ਚ ਪੈਂਡਿੰਗ ਪਿਆ ਮਾਮਲਾ, ਉਹਦਾ ਕੁਛ ਵੀ ਨੀ, ਨਾ ਉਹਦਾ ਫਾਇਦਾ ਹੋਇਆ ਤੇ ਨਾ ਉਹਦਾ ਨੁਕਸਾਨ ਹੋਇਆ, ਉਦੋਂ ਸਿਰਫ ਇੱਕ ਐਕਸਰਸਾਈਜ਼ ਕੀਤੀ ਸੀ ਤੇ ਗੰਭੀਰਤਾ ਕਿੰਨੀ ਕੁ ਤੁਸੀਂ ਆਪ ਹੀ ਦੱਸਿਆ ਕਿ ਜਾਖੜ ਸਾਹਿਬ ਨੂੰ ਨਾਲ ਲੈ ਗਏ, ਲੇਕਿਨ ਜਿਹੜਾ ਹੈਗਾ ਸੀ ਉਹ ਮਤਾ ਘਰੇ ਭੁੱਲ ਗਏ ਸੀ ਜੀ, ਜਦੋਂ ਮਤਾ ਘਰੇ ਭੁੱਲ ਗਏ ਤਾਂ ਪਤਾ ਲੱਗਦਾ ਕਿ ਗੰਭੀਰਤਾ ਕਿੰਨੀ ਕਾ, ਉਹ ਤਾਂ ਸਿਰਫ ਹਾਜ਼ਰੀ ਲਾਉਣ ਵਾਸਤੇ ਗਏ ਸੀ ਤੇ ਹਾਜ਼ਰੀ ਲਾਤੀ। ਇਹੀ ਗੱਲ ਤਾਂ ਮੈਂ ਕਹਿੰਦਾ ਕਿ ਜਿੱਥੇ ਲੋੜ ਸੀ, ਕੱਲ ਬਾਦਲ ਸਾਹਿਬ ਨੂੰ, ਬਾਦਲ ਸਾਹਿਬ ਦੀ ਪੰਜਾਬ ਨੂੰ ਵੀ ਲੋੜ ਸੀ ਤੇ ਉਹਨਾਂ ਦੇ ਪਰਿਵਾਰ ਨੂੰ ਵੀ ਲੋੜ ਸੀ ਜੀ, ਕਿ ਉਹ ਕੱਲ ਹਾਜ਼ਰ ਹੁੰਦੇ ਪਰ ਕੱਲ ਹਾਜ਼ਰ ਨਹੀਂ ਹੋਏ, ਤੇ ਜੇ ਆਪਾਂ ਆਮ ਹਾਲਤਾਂ ਦੇ ਵਿੱਚ ਦੇਖੀਏ ਤਾਂ ਬਾਦਲ ਸਾਹਿਬ ਲੰਬੀ ਹਲਕੇ ਦੇ ਵਿੱਚ ਕਿਸੇ ਦੀ ਬੱਕਰੀ ਮਾਰਦੇ, ਉਹਨਾਂ ਦੇ ਘਰੇ ਵੀ ਚਲੇ ਜਾਂਦੇ ਅਫਸੋਸ ਕਰਨ ਵਾਸਤੇ, ਤੇ ਪੰਜਾਬ ਦਾ ਕਿਸਾਨ ਮਰ ਰਿਹਾ, ਉਜੜ ਰਿਹਾ, ਉਹ ਵਿਧਾਨ ਸਭਾ ਦੇ ਮੈਂਬਰ ਆ, ਸਭ ਤੋਂ ਸੀਨੀਅਰ ਮੈਂਬਰ ਹੈ, ਉਹਨਾਂ ਨੂੰ ਤਾਂ ਉੱਥੇ ਜ਼ਰੂਰ ਹੋਣਾ ਚਾਹੀਦਾ ਸੀ, ਉਮਰ ਦੇ ਲਿਹਾਜ਼ ਨਾਲ ਵੀ ਸੀਨੀਅਰ ਹੈ ਤੇ ਸੀਨੀਅਰਿਟੀ ਦੇ ਲਿਹਾਜ਼ ਨਾਲ ਵੀ ਸਭ ਤੋਂ ਜ਼ਿਆਦਾ ਲੰਬਾ ਸਮਾਂ MLA ਰਹੀ ਉਹ, ਉਹਨਾਂ ਨੂੰ ਜਾਣਾ ਚਾਹੀਦਾ ਸੀ ਜੀ। ਜੀ ਮਿਹਰਬਾਨੀ ਜੀ, ਢਿੱਲੋਂ ਸਾਹਿਬ ਤੁਹਾਡੀ ਸ਼ੁਕਰੀਆ ਜੀ, ਧੰਨਵਾਦ ਜੀ। ਤੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ